ਕੋਈ ਗੱਲ ਨਹੀਂ ਬਾਈ, ਤੁਸੀਂ ਸਾਡੇ ਬਾਰ 'ਚ ਆ ਜਾਓ ਗੱਡੀ ਲੈ ਕੇ, ਮੈਂ ਨਾਲ ਚੜ੍ਹ ਜੂੰਗਾ ਤੁਹਾਡੇ ਉੱਥੋਂ ਹੀ। ਓਹੋ, ਹਰਨੇਕ ਸਿੰਘ ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਆਪਾਂ ਕੁੜੀ ਨੂੰ ਉੱਥੇ ਹੀ ਵਸਾਵਾਂਗੇ। ਫਿਕਰ ਨਾ ਕਰ ਤੂੰ, ਆਪਾਂ ਕਿਉਂ ਸਮਾਨ ਚੱਕ ਕੇ ਲੈ ਕੇ ਆਵਾਂਗੇ। ਹਾਂ ਹਾਂ ਠੀਕ ਹੈ, ਬਸ ਆ ਜਾਇਓ ਤੁਸੀਂ ਫਿਰ। ਓਕੇ ਰਾਜ, ਕਿਹਦਾ ਫੋਨ ਸੀ ਪੁੱਤ? ਬੀਬੀ, ਇਹ ਤਾਂ ਨੇਕੇ ਦਾ ਫੋਨ ਸੀਗਾ। ਅੱਛਾ, ਉਹ ਅੱਜ ਉਹਨਾਂ ਦੀ ਕੁੜੀ ਦੇ ਰੌਲੇ 'ਚ ਜਾਣਾ ਹੈਗਾ, ਤੈਨੂੰ ਪਤਾ ਉਹ ਪ੍ਰਾਹੁਣਾ ਜਾਂ ਉਹਨਾਂ ਦਾ ਤੰਗ ਕਰਦਾ ਹੈਗਾ, ਟਿਕਦਾ ਹੀ ਨਹੀਂ ਹੈ। ਵੇ ਹਾਂ ਭਾਈ, ਸੁਣੀ ਤਾਂ ਮੈਂ ਵੀ ਸੀ ਗੱਲ, ਲੈ ਦੇਖੀ ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਵਿਆਹੀ ਸੀ, ਕੀ ਪਤਾ ਲੱਗਦਾ ਧੀਆਂ ਦੇ ਲੇਖਾਂ ਦਾ ਕਿਹੋ ਜਿਹੇ ਗੁੜਦੇ ਨੇ। ਹੈ, ਸਹੀ ਗੱਲ ਹੈ ਬੀਬੀ, ਦੇਖ ਲੈ ਜਿਹਦੇ ਕੋਲ 2 ਕਿੱਲੇ ਜ਼ਿਆਦਾ ਹੁੰਦੇ ਨੇ ਉਹ ਕੁੜੀਆਂ ਨੂੰ ਤੰਗ ਕਰੀ ਜਾਂਦੇ ਨੇ, ਲੋਕ ਕਰਦੇ ਰਹਿੰਦੇ ਨੇ ਜ਼ਮੀਨ ਵੱਧ ਹੋਵੇ ਉੱਥੇ ਕੁੜੀ ਵਿਆਹਾਂਗੇ, ਫਿਰ ਉੱਥੇ ਵਿਆਹ ਕੇ ਐਂ ਪੰਗੇ ਪੈਂਦੇ ਰਹਿੰਦੇ ਨੇ, ਦੇਖ ਲੈ। ਨਾ ਭਾਈ, ਜ਼ਮੀਨ ਜ਼ਮੂਨ ਵੱਧ 'ਚ ਕੋਈ ਸੁੱਖ ਨਹੀਂ ਮਿਲਦਾ, ਸੁੱਖ ਤਾਂ ਕਰਮਾਂ ਦੇ ਮਿਲਦੇ ਨੇ ਰਾਜ। ਸਹੀ ਗੱਲ ਹੈ, ਚੱਲ ਜ਼ਮੀਨ ਵੱਧ ਭਾਲ ਲਈ, ਰੁਪਇਆ ਵੀ 20 ਲੱਖ ਲਾਇਆ ਸੀ ਉਹਨਾਂ ਨੇ। ਹੈਂ, ਮੈਂ ਕਹਿੰਦੀ ਹਾਂ 2-4 ਕਿੱਲੇ ਵਾਲੀ ਹਲੇ ਸੌਖੀ ਰੋਟੀ ਖਾ ਲੇ। ਸਹੀ ਗੱਲ ਹੈ ਮਾਂ ਤੇਰੀ, ਭਾਈ ਕੋਈ ਪਤਾ ਹੀ ਨਹੀਂ ਲੱਗਦਾ ਕਿਸੇ ਦਾ। ਚੱਲ ਮਾਂ, ਮੈਂ ਕਹਿੰਦਾ ਸੀ ਮੈਂ ਜਾਊਂਗਾ ਨਾਲ ਉਹਨਾਂ ਦੇ। ਅੱਛਾ, ਤੇ ਇੱਕ ਨਾ ਉਹ ਮੱਗਰ ਕੀ ਨੂੰਹ ਦੇ ਪੇਕਿਆਂ ਤੋਂ ਵੀ ਆਉਣਗੇ ਬੰਦੇ ਅੱਜ। ਅੱਛਾ ਹਾਂ ਬੇ ਭਾਈ, ਸੱਚ ਉਹ ਵੀ ਰੁੱਸੀ ਬੈਠੀ ਆ। ਹੋਰ ਓਹੋ ਕੀ ਬਣੇ ਭਾਈ। ਮੈਂ ਕਹਿੰਦਾ ਸੀ ਜੇ ਮੈਨੂੰ ਟਾਈਮ ਲੱਗ ਗਿਆ ਨਾ ਤਾਂ ਉਹਨੂੰ ਰੋਟੀ ਪਾਣੀ ਖਵਾ ਦਿਓ ਉਹਨਾਂ ਨੂੰ। ਕੋਈ ਨਾ ਭਾਈ, ਤੈਨੂੰ ਕਿਸੇ ਗੱਲ ਦਾ ਲਾਂਭਾ ਨਹੀਂ ਆਉਂਦਾ ਗਾ, ਤੇ ਚਾਹ ਪਾਣੀ ਵੀ ਪਿਆਵਾਂਗੇ, ਤੇ ਆ ਵੇਖ ਲਾ ਸਣਾਈ ਛਿੱਲਣ ਲੱਗ ਗਈ। ਮੈਂ ਆਖਿਆ ਕੁੜੇ, ਐਂ ਨਹੀਂ ਪਤਾ ਕਿਹੜੇ ਵੇਲੇ 10 ਬੰਦੇ ਆ ਜਾਣ ਰੋਟੀ ਵਾਲੇ। ਹੈਂ, ਤੇ ਭੁੱਖੇ ਤਾਂ ਆਪਾਂ ਮੋੜ ਨਹੀਂ ਸਕਦੇ, ਤੇ ਐਂ ਲੱਗਦਾ ਫਿਰ ਜਵਾਕ ਦੀ ਬੇਇੱਜ਼ਤੀ ਹੁੰਦੀ ਹੈ, ਬਹੂਆਂ ਤਾਂ ਲੱਗ ਜਾਂਦੀਆਂ ਕਿਚ ਕਿਚ ਜੇ ਕਰਨ। ਚੱਲ ਮਾਂ, ਤੈਨੂੰ ਪਤਾ ਇਹਨਾਂ ਦਾ ਦਿਮਾਗ ਜਿਹੋ ਜਿਹਾ ਹੈਗਾ, ਤੂੰ ਹੀ ਖਿਆਲ ਰੱਖਿਆ ਕਰ ਇਹ ਗੱਲਾਂ। ਨਾ ਕੋਈ ਨਾ ਪੁੱਤਾ, ਦਾਲ ਸਬਜ਼ੀ ਮੈਂ ਆਖਿਆ ਸੀ ਕੱਦੂ ਬਣਾ ਦਿੰਦੇ ਹਾਂ, ਹੈ ਨਾ। ਚੰਗਾ, ਸਬਜ਼ੀ ਬਣਾ ਕੇ ਰੱਖ ਲੈਂਦੇ ਹਾਂ, ਜੇ ਭਾਈ ਰੋਟੀ ਖਾਣਗੇ ਤਾਂ ਤੁਰਤ ਅਸੀਂ ਤਾਂ ਉਹਦੀ ਲਾ ਦਿਆਂਗੀਆਂ। ਹਾਂ, ਫਿਰ ਤੈਨੂੰ ਪਤਾ ਅਗਲਾ ਕਹਿੰਦਾ ਗਿਆਨ ਨੂੰ ਸਾਨੂੰ ਪੁੱਛਿਆ ਵੀ ਨਹੀਂ ਕੁਛ। ਗੱਲ ਸੱਚੀ ਆ ਪੁੱਤ, ਨਾ ਨਿਕਲਦਾ ਪਿੰਡ ਦਾ ਵੀ ਸਰਪੰਚ ਤੋਂ ਤਾਂ। ਚੱਲ ਮਾਂ, ਚੱਲ ਠੀਕ ਹੈ, ਰੱਖਿਓ ਖਿਆਲ, ਫਿਰ ਮੈਂ ਜਾਂਦਾ। ਚੰਗਾ, ਆਉਂਦੇ ਹੋਣਗੇ ਉਹ। ਵਗ ਜਾ ਪੁੱਤ। ਹਾਂ ਜਾਇਆ ਕੋਈ, ਵਗ ਜਾ, ਤੈਂ ਤਾਂ ਜਾਣਾ ਹੀ ਆ ਹੁਣ। ਅਮਨ ਉਰੇ ਆ ਕੁੜੇ, ਕੀ ਕਰੀ ਜਾਂਦੀ ਹੈਗੀ। ਨੀ ਅਮਨ ਆ ਗਈ ਮਾਂ, ਕੀ ਕਹਿੰਦੀ ਸੀ? ਆ ਗਈ ਨੀ, ਮੈਂ ਤਾਂ ਐਂ ਕਹਿੰਦੀ ਸੀ ਪੁੱਤ, ਆ ਮੈਂ ਲਸਣ ਤਾਂ ਛਿੱਲੀ ਜਾਂਦੀ ਹਾਂ, ਨਾਲੇ ਤਾਂ ਮੈਨੂੰ ਗੰਢੇ ਫੜਾ ਦੇ ਦੋ ਕੁ, ਅਤੇ ਮੈਂ ਗੰਢੇ ਚੀਰਦਿਆਂ ਮਸਾਲਾ ਕੁੱਟ ਲਾਂਗੇ, ਅਤੇ ਕੱਦੂ ਦੀ ਸਬਜ਼ੀ ਬਣਾ ਲੈ ਪੁੱਤ। ਉਹ ਕੱਦੂ ਵਾਸਤੇ ਫਿਰ ਮਸਾਲਾ ਕਿਉਂ ਕੁੱਟਣਾ, ਮੈਂ ਤਾਂ ਐਂ ਗੰਢੇ ਕੱਟ ਕੇ ਉਹਦੇ ਵਿੱਚ ਪਾ ਦੂੰਗੀ, ਕਿੰਨਾ ਕੁ ਬਣਾਵਾਂ। ਐਂ ਭੁੰਨੇਗੀ? ਹਾਂ ਐਂ ਭੁੰਨ ਲੂੰਗੀ ਮੈਂ ਤਾਂ। ਹੁਣ ਕੀ ਪਤਾ ਪੁੱਤ, ਉਹ ਮੱਗਰ ਕੀ ਬਹੂ ਨਹੀਂ ਰੁੱਸੀ ਬੈਠੀ, ਉਹਦੇ ਪੇਕੇ ਆਉਣਗੇ ਅੱਜ, ਕੋਈ ਰੌਲਾ ਰੱਬ ਦਾ ਨਿਮੇੜਨਗੇ ਕੀ ਕਹਿੰਦੇ ਨੇ, ਅਤੇ ਫਿਰ ਰਾਜ ਮੈਨੂੰ ਕਹਿ ਕੇ ਗਿਆ ਨਾ, ਮਾਂ ਰੋਟੀ ਪੁੱਛ ਲਿਓ, ਰੋਟੀ ਖਵਾ ਦਿਓ, ਅਗਲੇ ਨੂੰ ਭੁੱਖੇ ਨਾ ਮੋੜਿਓ। ਮਾਂ ਮੈਨੂੰ ਇਹਨਾਂ ਦੇ ਦਿਮਾਗ ਦੀ ਐਂ ਸਮਝ ਨਹੀਂ ਆਉਂਦੀ, ਰੌਲਾ ਕਿਸੇ ਦਾ, ਬਹੂ ਕਿਸੇ ਦੀ ਰੁੱਸ ਕੇ ਗਈ ਹੈ, ਅਤੇ ਰੋਟੀਆਂ ਨੂੰ ਰੋਡੇ ਆਪਣੇ ਘਰੇ ਲੱਗਦੇ ਨੇਗੇ, ਫਿਰ ਕੀ ਗੱਲ ਹੈਗੀ, ਅਗਲੇ ਦੇ ਆਏ ਨੇਗੇ, ਅਗਲੇ ਆਪੇ ਹੀ ਖਵਾ ਦੇਣਗੇ, ਰੋਟੀਆਂ ਖਵਾ ਦਿਓ, ਚਾਹ ਤਾਂ ਮੰਨੀ ਵੀ ਪਿਆ ਦਿਓ ਭਾਈ, ਇਹ ਤੂੰ ਫਿਰ ਵੱਡਾ ਬਣਿਆ ਰਹਿੰਦਾ ਸਰਪੰਚ। ਕੁੜੇ ਕੋਈ ਨਾ ਪੁੱਤ, ਫਿਰ ਆਪ ਕਿਹੜਾ ਸੌਖਾ ਹੈ। ਹੈਂ, ਆਓ ਦੇਖ ਲੈ ਹੁਣ ਤੁਰ ਗਿਆ, ਖਾਣੀ ਆਈ ਨਹੀਂ ਪਤਾ, ਤਾਰੇ ਨਿਕਲਿਆ ਤੋਂ ਘਰੇ ਬੜੇ। ਹੈਂ, ਭੁੱਖਾ ਅਤੇ ਹਾਇਆ ਬਥੇਰਾ ਕਿਹਾ ਸੀ ਮੁੰਡਿਆ, ਕੀ ਮੰਗਦਾ ਸਰਪੰਚੀਆਂ 'ਚੋਂ? ਨਾ ਮਾਂ, ਮੈਨੂੰ ਕਹਿੰਦੇ ਨੇ ਪਿੰਡ ਦੇ, ਤੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਵਾਂਗੇ, ਤੂੰ ਬੰਦਾ ਵਧੀਆ ਚੰਗਾ ਹੈ, ਚੱਲ ਵੀਰ ਮਰਜ਼ੀ ਹੈ ਤੇਰੀ, ਵਗ ਜਾ, ਬਣ ਜਾ ਸਰਪੰਚ, ਵਗ ਜਾਂਦਾ ਆਪਦਾ ਢਿੱਡ ਤਾਂ ਬਥੇਰਾ ਮੱਚਦਾ। ਜੇ ਪੁੱਤ ਰੋਟੀ ਪਾਣੀ ਨਾ ਖਵਾਵਾਂਗੇ ਨਾ, ਪਿੰਡ ਦਾ ਵੀ ਨਾ ਬਦਨਾਮ ਹੁੰਦਾ। ਝਗਲਾ ਕਹਿੰਦਾ ਫਲਾਣੇ ਪਿੰਡ ਦੇ ਸਰਪੰਚ ਦੇ ਘਰੋਂ ਭੁੱਖੇ ਤੇ ਹਾਏ ਆ ਗਏ, ਹੁਣ ਉਹਨਾਂ ਦਾ ਤਾਂ ਰੌਲਾ ਚੱਲਦਾ, ਉਹਨਾਂ ਦੇ ਤਾਂ ਚਾਹ ਦੀ ਕੁੱਟ ਵੀ ਨਹੀਂ ਅਗਲੇ ਪੀਂਦੇ, ਜਿੰਨਾ ਚਿਰ ਅਗਲਿਆਂ ਦੀ ਸੁਲਾ ਸਫਾਈ ਨਹੀਂ ਹੁੰਦੀ ਪੁੱਤ। ਉਹ ਤਾਂ ਠੀਕ ਆ ਮਾਂ, ਫਿਰ ਤੁਹਾਡੀ ਗੱਲ,
ਜਦੋਂ ਫਿਰ ਬੰਦੇ ਬੁਲਾਏ ਨੇ ਤੇ ਫਿਰ ਆਪ ਚੌਧਰੀ ਸਾਹਿਬ ਕਿੱਧਰ ਗਏ ਨੇ ਗੇ? ਫਿਰ ਘਰੇ ਨਹੀਂ ਬੈਠਿਆ ਜਾਂਦਾ ਉਹ ਤੋਂ ਜਦੋਂ ਬੰਦਿਆਂ ਨੇ ਆਉਣਾ ਗਾ, ਆ ਕੇ ਤੁਸੀਂ ਖਵਾ ਦਿਓ, ਆਪ ਕਿੱਧਰ ਨੂੰ ਕੱਢ ਲਈ ਟੌਰ? ਨਹੀਂ, ਆਪ ਕਿਹੜਾ ਕੋਈ ਉੱਥੇ ਮੇਲਾ ਦੇਖਣ ਗਿਆ ਧੀਏ, ਉਹ ਨੇਕੇ ਕੀ ਕੁੜੀ ਦਾ ਰੌਲਾ ਹੈ, ਆਪ ਉੱਥੇ ਗਿਆ, ਉਹਦੇ ਸਹੁਰੀ ਗਿਆ, ਹੁਣ ਕੇਰਾਂ ਆਊਂਗਾ ਤਾਂ ਮੁੜੂਗਾ ਤਾਂ ਹੁਲ ਕੇ ਹੀ, ਪਰ ਕੀ ਪਤਾ ਹੁੰਦਾ ਭਾਈ ਗਏ ਬੰਦੇ ਨੂੰ ਟਾਈਮ ਵੀ ਲੱਗ ਜਾਂਦਾ, ਤਾਂ ਕਹਿੰਦਾ ਸੀ ਮਾਂ ਜੇ ਮੇਰੇ ਮਗਰੋਂ ਆ ਗਏ ਉਹਨਾਂ ਨੂੰ ਬਿਠਾ ਲਿਓ। ਫਿਰ ਦੋ ਦੋ ਚਾਰ ਚਾਰ ਬੰਦਿਆਂ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਹੁੰਦੀ, ਪਹਿਲਾਂ ਉਹਨਾਂ ਦੀ ਕੁੜੀ ਦਾ ਰੌਲਾ ਨਿਬੇੜਿਆ ਹੁੰਦਾ, ਫਿਰ ਇਹਨਾਂ ਦੀ ਬਹੂ ਵਾਲਿਆਂ ਨੂੰ ਕੱਲ੍ਹ ਨੂੰ ਸੱਦ ਲੈਂਦੇ। ਇਹ ਇਦੋਂ ਫਿਰ ਚਾਰੇ ਪਾਸੇ ਟੰਗਾਂ ਪਸਾਰ ਕੇ ਬਹਿਜੂ, ਇੱਥੇ ਰੋਟੀਆਂ ਨੂੰ ਮੈਨੂੰ ਲਾ ਦੇਣਗੇ ਰੋਟੇ, ਹੁਣ ਦਸ ਜਣਿਆਂ ਦੀਆਂ ਕਿਹੜੀਆਂ ਬਣਾਵੇ, ਅੱਜ ਕੰਮ ਵਾਲੀ ਵੀ ਨਹੀਂ ਆਈ, ਮੈਂ ਇਕੱਲੀ ਇੱਥੇ ਮਾਰੀ ਜਾਊਂ, ਟੱਕਰਾਂ ਸਾਰਾ ਦੁਪਹਿਰਾ ਲੰਘ ਜੂ ਉੱਤੋਂ ਦੀ। ਚੱਲ ਕੋਈ ਨਾ ਪੁੱਤ, ਮੈਂ ਬਣਵਾ ਦੂੰਗੀ ਤੇਰੇ ਨਾਲ ਰੋਟੀ ਟੁੱਕ, ਤਾਂ ਜੇ ਆ ਗਏ ਬਣਾਵਾਂਗੇ ਤਾਂ ਫੇਰ ਹੀ ਦਾਰਨ ਕੇ ਰੱਖ ਲੈਣੇ ਧੀਏ। ਮਾਂ ਇੰਨਾ ਕੁ ਤਾਂ ਕਹਿ ਸਕਦੀ ਹਾਂ ਤੂੰ ਨਾ, ਕਹਿ ਭਾਈ ਗਰਮੀ ਵਾਲੀ ਹੈਗੀ ਵੀ ਰੋਟੀ ਟੁੱਕ ਦਾ ਜੱਬ ਨਾ ਸੇੜਿਆ ਕਰ, ਕੋਈ ਨਹੀਂ ਚਾਹ ਅਗਲੇ ਨੂੰ ਪਿਆ ਤੀ, ਚਾਹ ਨਾਲ ਖਵਾ ਦਿਆ ਕਰੋ ਮਾੜਾ ਮੋਟਾ ਕੁਛ। ਚੱਲ ਕੋਈ ਨਾ, ਜੇ ਤੂੰ ਕਹਿਣੀ ਹੈ ਤਾਂ ਮੈਂ ਕਹਿ ਦੂੰਗੀ, ਪਰ ਮੇਰਾ ਤਾਂ ਦਿਲ ਤਾਂ ਕਹਿੰਦਾ ਨਹੀਂ ਕਹਿਣ ਨੂੰ, ਹੁਣ ਜਵਾਕ ਦੀ ਇੱਜ਼ਤ ਬਣੀ ਹੈ, ਮੇਰੀ ਇੱਜ਼ਤ ਘਟਾਉਣ ਨੂੰ ਜੀ ਨਹੀਂ ਕਰਦਾ ਆਪਦੇ ਪੁੱਤਾਂ ਦੀ, ਮੈਂ ਕੀ ਕਰਾਂ? ਨਹੀਂ ਮਾਂ, ਗੱਲ ਇੱਜ਼ਤਾਂ ਦੀ ਨਹੀਂ ਹੈਗੀ, ਗੱਲ ਹੈਗੀ ਕੰਮ ਦੀ, ਇੰਨਾ ਹੁੰਦਾ ਨਹੀਂ ਹੈਗਾ, ਹੁਣ ਕੀ ਕਰੀਏ, ਜਵਾਕਾਂ ਨੇ ਵੀ ਸਕੂਲ ਜਾਣਾ ਹੁੰਦਾ ਗਾ, ਉੱਧਰੋਂ ਇਹ ਤੜਕੇ ਮੇਰੀ ਗੱਲ ਸੁਣ ਚਾਰ ਨਹੀਂ ਵੱਜਣ ਦਿੰਦਾ, ਸਾਰਾ ਦਿਨ ਆਪਣੇ ਚੁੱਲ੍ਹੇ ਤੋਂ ਚਾਹ ਦਾ ਪਤੀਲਾ ਨਹੀਂ ਲੈਂਦਾ ਹੈਗਾ ਗਾ, ਚਾਹ ਧਰਦੇ ਚਾਹ ਧਰਦੇ ਚਾਹ ਪੀ ਲਈ ਤਾਂ ਰੋਟੀ ਅਗਲੇ ਨੂੰ ਧੱਕੇ ਨਾ ਤੁੰਨੀ ਜਾਊ ਅਗਲਿਆਂ ਦੇ ਮੂੰਹਾਂ 'ਚ। ਚੱਲ ਕੋਈ ਨਾ ਪੁੱਤ, ਫਿਰ ਜਿਹਾ ਜਿਹਾ ਦਾ ਸੁਭਾਅ ਹੈ ਠੰਡੇ ਮਤੇ ਦਾ ਹੈਗਾ, ਫਿਰ ਹੁਣ ਸਰਪੰਚੀ ਵਾਲੇ ਘਰੇ ਇਹੀ ਕੁਛ ਚੱਲਦਾ ਹੁੰਦਾ, 5 ਸਾਲ ਤਾਂ ਹੁਣ ਐਂ ਚੱਲੂ, ਕੀ ਲੈਣਾ ਸੀ ਸਰਪੰਚੀ ਤੋਂ, ਮੈਨੂੰ ਕੀ ਪਤਾ ਸੀ, ਮੈਨੂੰ ਤਾਂ ਆਏ ਸੀ ਵੀ ਵਧੀਆ, ਮੈਨੂੰ ਲੋਕ ਪਿੰਡ 'ਚ ਸਰਪੰਚ ਨਹੀਂ ਕਿਹਾ ਕਰਨਗੇ, ਆ ਪਤਾ ਹੀ ਨਹੀਂ ਸੀ ਜੱਬ ਵੀ ਸਰਪੰਚਨੀ ਦੇ ਘਰੇ ਰੋਟੀਆਂ ਨੂੰ ਰੋਡੇ ਲੱਗਣਗੇ। ਦੇਖ ਲੈ, ਨਾਲੇ ਤਾਂ ਸਰਪੰਚ ਨਹੀਂ ਕਹਾਉਣ ਨੂੰ ਜੀ ਕਰਦਾ ਤੇ ਨਾਲੇ ਰੋਟੀਆਂ ਨਹੀਂ ਪਾਕਦੀਆਂ, ਹੈ ਹੋਰ ਮਾਂ, ਉਹੀ ਤਾਂ ਗੱਲ ਹੈ। ਚੱਲ ਕੋਈ ਨਹੀਂ, ਚੰਗਾ ਚੱਲ ਧਰਦੀ ਹਾਂ ਮੈਂ ਫਿਰ ਕੱਦੂ, ਜਾ ਚੀਰ ਲਿਆ ਸੀਗਾ ਥੋੜ੍ਹਾ ਜਿਹਾ ਤਾਂ ਹੋਰ ਚੀਰ ਲੈਂਦੀ ਹਾਂ ਦੋ ਕੱਦੂ। ਆਹੋ ਦੋ ਹੋਰ ਵੱਢ ਲਿਆ ਇੱਥੇ, ਮੈਨੂੰ ਗੰਢੇ ਫੜਾ ਜੀ, ਫੜਾਉਣੀ ਆ। ਕੋਈ ਨਾ, ਘਬਰਾਇਆ ਨਾ ਕਰੋ, ਬੱਸ ਦੇ ਘਰਾਂ 'ਚ ਤਾਂ ਰੋਟੀ ਟੁੱਕਾ ਵਾਲੇ ਆਉਂਦੇ ਹੀ ਹੁੰਦੇ ਨੇ ਪੁੱਤ, ਜਿਹਦੇ ਘਰੇ ਹੀ ਨਹੀਂ ਕੁਛ ਹੋਊਗਾ ਉਹਨਾਂ ਦੇ ਕੀ ਆਊਗਾ ਕੋਈ। ਹੋ ਵਾਹਿਗੁਰੂ ਸੱਚਾ ਪਾਤਸ਼ਾਹ। ਹੋ ਬਾਹਲੀ ਗਰਮੀ ਆ ਯਾਰ। ਆ ਗਿਆ ਨੌਕਰਾ, ਦੇਖ ਲੈ ਪਾਣੀ ਕਿਵੇਂ ਪੀਂਦਾ, ਵੀ ਗਲਾਸ ਨਾਲ ਪੀ ਲੈ, ਓਕ ਨਾਲ ਕੀ ਕਹਾਂ ਦੀ ਤੂੰ ਦਿਹਾੜੀ ਐ। ਓਏ ਫਿਰ ਤੂੰ ਲੜਦੀ ਰਹਿਣੀ ਆ ਵੀ ਭਾਂਡੇ ਡਿੱਬਰੇ ਕਰਕੇ ਧਰਦਾ ਨਾ। ਕੋਈ ਨੀ, ਮੈਂ ਸੌਖੇ ਆ ਬੇ, ਭਾਂਡੇ ਤਾਂ ਮੈਂ ਮਾਂਜ ਲੂ, ਆਪਣੀ ਕਰਤੂਤ ਸੁਧਾਰ ਲੈ, ਜਮਾ ਐ ਬਣਿਆ ਰਹਿਣਾ ਨੌਕਰਾਂ ਵਾਂਗੂ। ਆ ਦੇਖੀ ਸਕਲ ਤੇ ਉਹ ਦੇ ਲੈ ਤੇਰਾ ਭਰਾ ਪਾ ਕੇ ਚਿੱਟੇ ਬਹਿ ਕੇ ਗੱਡੀ 'ਚ ਹੋ ਗਿਆ ਅਗਲਾ। ਓਏ ਫਿਰ ਉਹਦਾ ਕੰਮ ਉਹੋ ਜਿਹਾ, ਕੰਮ ਦੇ ਹਿਸਾਬ ਨਾਲ ਕੱਪੜਾ ਲੀੜਾ ਪੈਂਦਾ ਹੁੰਦਾ, ਚਿੱਟੇ ਪਾ ਕੇ ਕਿੱਥੇ ਕੰਮ ਹੁੰਦੇ ਹੁੰਦੇ ਆ। ਅੱਛਾ ਕੀ ਗੱਲ, ਉਹ ਵੀ ਤਾਂ ਕੰਮ ਕਰਦਾ ਹੀ ਹੈ, ਚਿੱਟੇ ਪਾਈ ਬੈਠਾ, ਤੂੰ ਨਾ ਮਾਂ ਦਾ ਪੁੱਤਾ ਸੁਧਰੀ ਚੰਗਾ, ਐਵੇਂ ਦਾ ਐਵੇਂ ਰਹੀ ਜਿਵੇਂ ਨੌਕਰ ਹੁੰਦਾ ਹੈਗਾ। ਓਏ ਸੁਧਰ ਨੂੰ ਮੈਂ ਦੱਸ ਕੀ ਕਰਤਾ, ਮੈਂ ਤਾਂ ਸੋਦੀਆਂ ਕਹਾਣੀ ਕਢਾ ਕੇ ਲੈ ਕੇ ਆਇਆਂਗਾ, ਖਲ ਜੀ ਚੱਕ ਲੈ, ਤੇਲ ਹਲੇ ਚੱਕਣ ਜਾਣਾ। ਬਸ ਆਹੀ ਕੰਮਾਂ 'ਚ ਹੋ ਗਿਆ, ਮੇਰੀ ਗੱਲ ਸੁਣ ਲੈ ਬੇ, ਜਿੰਨੀ ਉਹਨਾਂ ਕੋਲ ਜ਼ਮੀਨ ਹੈ ਨਾ ਓਨੀ ਤੇਰੇ ਕੋਲ ਵੀ ਹੈ, ਹੈ ਮਾੜਾ ਮੋਟਾ ਤਾਂ ਹੁਲੀਆ ਚੇਂਜ ਕਰ ਲੈ ਆਪਣਾ। ਓਏ ਕਮਲੀਏ, ਕਾਹਦੇ ਪਿੱਛੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੀ ਆ, ਉਹ ਇਹ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ, ਜ਼ਮੀਨ ਚਾਹੇ ਉਹਨਾਂ ਕੋਲ ਆਪਣੇ ਜਿੰਨੀ ਆ, ਪਰ ਗੱਲ ਇਹ ਆ ਵੀ ਕਿਸਮਤ ਉਹਨਾਂ ਦੀ ਭਾਈ ਚੰਗੀ ਆ। ਕੋਈ ਗੱਲ ਨਹੀਂ, ਅੱਜ ਮੇਰਾ ਭਾਈ ਪਿੰਡ ਦਾ ਸਰਪੰਚ ਆ, ਸਾਰੇ ਪਿੰਡ 'ਚ ਠੁੱਕ ਆ ਮੇਰੇ ਵੀਰ ਦੀ। ਅੱਛਾ ਤੇਰੀ ਤਾਂ ਠੁੱਕ ਹੈ ਨਹੀਂ, ਫਿਰ ਤੂੰ ਵੀ ਅਗਲੇ ਦਾ ਭਾਈ ਹੈ, ਮਾੜੀ ਮੋਟੀ ਤੂੰ ਵੀ ਠੁੱਕ ਬਣਾ ਲਿਆ ਕਰ ਪਿੰਡ 'ਚ ਵੀ ਮੈਂ ਸਰਪੰਚ ਦਾ ਭਰਾ ਹਾਂ। ਉਹ ਜਦੋਂ ਉਹਦੀ ਠੁੱਕ ਤਾਂ ਫਿਰ ਸਾਡੀ ਤਾਂ ਆਪਣੇ ਆਪ ਹੀ ਆ, ਸੌਂ ਲੱਗੇ ਸੀਨਾ ਚੌੜਾ ਹੋ ਜਾਂਦਾ ਜਦੋਂ ਲੋਕ ਕਹਿੰਦੇ ਨੇ ਨਾ ਕਰਮ ਸਿਉਂ ਦਾ ਭਰਾ ਆ ਜਾਂਦਾ ਉਹ ਸਰਪੰਚ। ਆਹ ਇਹੀ ਗੱਲ ਦਾ ਤੈਨੂੰ ਤਾਂ ਹਨਾ, ਐਂ ਰਹੇਗਾ ਬੇ ਤੂੰ ਤਾਂ ਸਾਰੀ ਉਮਰ, ਤੈਨੂੰ ਕਾਸੇ ਦਾ ਲੱਖਣ ਨਹੀਂ ਆਉਣਾ, ਮੈਂ ਤਾਂ ਐਂ ਪਿੱਟ ਦੀ ਮਰ ਜੂੰਗੀ, ਮੇਰੀ ਲੱਗਦਾ ਤੂੰ ਨਹੀਂ ਗੱਲ ਕਦੀ ਸੁਣਦਾ ਹੈਗਾ।
ਕਮਾਲ ਦੀ ਗੱਲ ਕਰਦੀ ਆ ਤੂੰ, ਉਹ ਤੇਰੀਆਂ ਗੱਲਾਂ ਹੀ ਸੁਣਦਾ ਗਾ, ਤਾਂ ਹੀ ਤਾਂ ਸਾਰਾ ਦਿਨ ਮੈਂ ਕੰਮ ਧੰਦਾ ਕਰਦਾ ਏ ਭਾਈ, ਤੂੰ ਔਖੀ ਨਾ ਹੋ। ਅੱਡ ਹੋ ਗਏ, ਹਜੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦਾ, ਉਹਨਾਂ ਦੀ ਮਿਹਰ ਤਾਂ ਮਾਂ ਦਾ ਪੁੱਤ ਕਰੂਗਾ ਹੀ ਕਰੂਗਾ, ਪਤਾ ਨਹੀਂ ਕੀ ਪਾ ਕੇ ਦੇ ਰੱਖਿਆ ਉਹਨਾਂ ਨੇ ਤੇਰੇ ਸਿਰ 'ਚ। ਉਹ ਤਾਂ ਮੈਂ ਊਂ ਸੁੱਤੇ ਸੁਭਾਅ ਗੱਲ ਕਰਤੀ, ਮੈਂ ਉਹਨਾਂ ਤੋਂ ਕੀ ਡੋਕੇ ਲੈਣੇ ਨੇ। ਕਮਾਲ ਕਰਦੀਆਂ ਤੂੰ, ਐਵੇਂ ਨਾ ਸਾਰਾ ਦਿਨ ਬਲੱਡ ਵਧਾਇਆ ਕਰ, ਮਾੜਾ ਮੋਟਾ ਉੱਧਰ ਵਗ ਜਾ ਕਰ ਬੀਬੀ ਕੋਲੇ, ਮਾੜਾ ਮੋਟਾ ਬਹਿ ਜਾ ਕਰ, ਉਹਦੇ ਚਾਰ ਗੱਲਾਂ ਕਰਾਇਆ ਕਰ। ਹੋਰ, ਉਹ ਤੇਰੀ ਭਰਜਾਈ ਬਹੁਤ ਗੱਲਾਂ ਕਰਨ ਦਿੰਦੀ ਹੈ, ਉਹ ਅੱਡ ਸਰਪੰਚ ਨਹੀਂ ਬਣੀ ਫਿਰਦੀ ਹੈ, ਤੜਕੇ ਹੀ ਲਾ ਕੇ ਸੁਰਖੀ ਬਿੰਦੀ ਅਤੇ ਪਾ ਕੇ ਚੱਜ ਦੇ ਸੂਟ ਗੇੜੇ ਦੇਈ ਜਾਊ, ਜਦੋਂ ਮਾਂ ਕੋਲ ਜਾ ਕੇ ਬੈਠੂ ਉਹਦੀ ਆਜੂ ਵੀ ਦੱਸ ਤੈਨੂੰ ਮੈਂ ਕੀ ਕਹਿੰਦੀ ਹਾਂ, ਅੰਦਰ ਨਹੀਂ ਬੈਠਿਆ ਜਾਂਦਾ, ਮੈਂ ਕੋਈ ਮਾਂ ਨਾਲ ਸੌ ਸੁੱਖ ਦੁੱਖ ਕਰਨਾ ਹੁੰਦਾ ਹੈਗਾ, ਵਿੱਚ ਆ ਕੇ ਬਹਿ ਜੂਗੀ, ਬਹੁਤ ਹਰਾਮਣ ਹੈ, ਬਹੁਤ ਗੁੱਸਾ ਚੜ੍ਹਦਾ ਮੈਨੂੰ ਸਮਝ ਲੱਗੇ, ਕਿਸੇ ਦਿਨ ਮੇਰੀ ਉਹਦੇ ਨਾਲ ਖੜਕੂਗੀ। ਲੈ ਖੜਕੂ ਹੀ ਕੋਈ ਨਾ, ਫਿਰ ਆਪਣਾ ਘਰ ਦੇ ਹੀ ਸਰਪੰਚਾਂ ਨੂੰ ਮੇੜ ਦੇਂਗੇ, ਫਿਰ ਐਡੀ ਕੀ ਗੱਲ ਆ, ਨਾਲੇ ਮੇਰੀ ਗੱਲ ਸੁਣ ਲੈ, ਆਹ ਸਰਪੰਚ ਨਹੀਂ ਜੇ ਕਹਾਉਣ ਦੇ ਲਾਇਕ ਆ ਨਾ, ਤਾਂ ਉਹ ਕੰਮ ਧੰਦਾ ਵੀ ਕਰਦਾ ਸਾਰਾ ਕਰਦੀ ਸੀ, ਤੇਰੇ ਵਾਂਗੂ ਕਲੇਸ਼ ਨਹੀਂ ਸੀ ਕਰਦੀ, ਤੂੰ ਤਾਂ ਤੜਕੀ ਬੀਬੀ ਨਾਲ ਲੜ ਪਾਉਂਦੀ ਸੀ, ਬਾਪੂ ਨਾਲ ਲੜ ਪਾਉਂਦੀ ਸੀ, ਹੈਂ, ਤਾਂ ਕਰਕੇ ਅਗਲੇ ਨੇ ਆਪਾਂ ਨੂੰ ਬਾਪੂ ਨੇ ਅੱਡ ਕਰਤਾ ਸੀਗਾ ਉਦੋਂ। ਫਿਰ ਤੇਰੀਆਂ ਕਰਤੂਤਾਂ ਸੀ, ਤੂੰ ਹੀ ਅੱਡ ਹੋਇਆ ਗਾ, ਬਾਪੂ ਕੋਈ ਨਹੀਂ ਅੱਡ ਕਰਦਾ ਸੀ ਨਾ, ਕੀ ਗੱਲ, ਵੱਡੀ ਨੂੰ ਮੈਂ ਆ ਕਿ ਉਹ ਹੈ, ਆਖ ਤੂੰ ਲੜਦੀ, ਮੈਂ ਕਿਹੜੀ ਵੇਲੇ ਲੜ ਪਈ ਦੱਸੀ ਪਹਿਲਾਂ, ਕੀ ਕਹਿਤਾ ਮੰਮਾ, ਨਾ ਕੁਛ ਮਾਂ ਨੂੰ ਕਿਹਾ ਨਾ ਕੁਛ ਬਾਪੂ ਨੂੰ ਕਿਹਾ, ਕਿੱਦੇ ਲੜ ਪਈ ਸੀ ਮੈਂ, ਆ ਹੁਣ ਜਿੱਦੇ ਦੀ ਇਹ ਆਈ ਹੈ ਉਹਦੇ ਦੀ ਕੰਜਰ ਕਲੇਸ਼ ਹੋਣ ਲੱਗ ਗਏ, ਇਹੀ ਨਹੀਂ ਚੱਜਦੀ ਹੈਗੀ। ਮੈਨੂੰ ਤਾਂ ਲੱਗਦਾ ਆਪਣੇ ਸਰਪੰਚ ਕੋਲੇ ਆਪਣਾ ਰੌਲਾ ਲੈ ਕੇ ਜਾਣਾ ਪਊ, ਤੀਜੇ ਦਿਨ ਮੇਰੇ ਨਾਲ ਝੱਜੂ ਪਾ ਕੇ ਬਹਿ ਜਾਣੀ ਆ ਮਾਂ ਦੀ ਧੀਏ। ਉਹ ਫਿਰ ਕੀ ਹੁੰਦਾ, ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ, ਜਿਹੜਾ ਆਪਣੀ ਕਿਸਮਤ ਸੀ ਆਪਾਂ ਨੂੰ ਮਿਲ ਗਿਆ, ਜਿਹੜਾ ਉਹਨਾਂ ਦੀ ਕਿਸਮਤ ਸੀ ਉਹਨਾਂ ਨੂੰ ਮਿਲ ਗਿਆ, ਐਵੇਂ ਨਾ ਬੜੇ ਸਿਕਵੇ ਕਰਿਆ ਕਰੋ, ਬਣਾਉਣੀ ਪੈਂਦੀ ਆ ਕਿਸਮਤ, ਚੰਗਾ ਵੀ ਆਪ ਬੰਦੇ ਦੇ ਇਹੋ ਨਹੀਂ ਹੈਗੀ ਵੀ ਜਿਹੋ ਜਿਹੀ ਉਹਦੀ ਕਿਸਮਤ 'ਚ ਸੀ ਉਹਨੂੰ ਮਿਲ ਗਿਆ, ਤੈਨੂੰ ਵੀ ਓਨਾ ਹੀ ਮਿਲਿਆਗਾ, ਬੰਦੇ ਦੇ ਆਪਦੇ ਹੱਥ ਵੱਸ ਵੀ ਹੁੰਦਾ ਕੁਛ। ਕੋਈ ਗੱਲ ਨਹੀਂ, ਸੱਚੇ ਪਾਤਸ਼ਾਹ ਨਾਲ ਗੁੱਸੇ ਹੋਵੇ ਕਿਸੇ ਨਾਲ, ਲੋਕਾਂ ਦਾ ਕੀ ਆ, ਹੈਂ, ਜੇ ਉਹਦੀ ਮਿਹਰ ਹੋ ਜੇ ਆਪਾਂ ਵੀ ਉਹਨਾਂ ਵਰਗੇ ਹੋ ਜਾਵਾਂਗੇ, ਕਿਉਂ ਫਿਕਰ ਕਰਦੀ ਆ ਤੂੰ। ਮੈਨੂੰ ਤਾਂ ਸੱਚੀ ਆਪਣੇ ਆਪ 'ਤੇ ਸ਼ਰਮ ਆਉਂਦੀ ਹੈਗੀ, ਜਦੋਂ ਬਾਹਰ ਜਾਂਦੀ ਹਾਂ ਅਗਲਾ ਐਂ ਕਹਿ ਦਿੰਦਾ ਹੈਗਾ ਵੀ ਇੱਕ ਤਾਂ ਸਰਪੰਚ ਹੈ, ਐਂ ਟੌਰ ਕੱਢੀ ਬਣ ਤੁਰਿਆ ਫਿਰਦਾ ਹੈਗਾ, ਇੱਕ ਆ ਹੈ ਜਿਹੜਾ ਨੌਕਰਾਂ ਤੋਂ ਵੀ ਭੈੜਾ ਹੋਇਆ ਪਿਆ ਹੈਗਾ, ਸਾਰੇ ਕੰਮ ਆਪ ਕਰੂ ਨਾ, ਕਦੀ ਤਾਂ ਕੋਈ ਦਿਹਾੜੀਆਂ ਲਾ ਲਿਆ ਕਰ, ਆ ਜਿਹੜੇ ਇਹੋ ਜਿਹੇ ਕੰਮ ਹੁੰਦੇ ਨੇ ਉਹ ਤਾਂ ਕੋਈ ਦਿਹਾੜੀਆਂ ਕਰਦਿਆ ਕਰੇ। ਓਏ ਕੋਈ ਗੱਲ ਨਹੀਂ, ਰੱਬ ਨੇ ਆਪਾਂ ਨੂੰ ਹੱਥ ਦਿੱਤੇ ਆ, ਪੈਰ ਦਿੱਤੇ ਆ, ਜੇ ਆਪਾਂ ਦਸਾਂ ਨਹੁੰ ਦੀ ਕਿਰਤ ਕਮਾਈ ਨਹੀਂ ਕਰਾਂਗੇ, ਹੈਂ, ਲੋਕਾਂ ਦੇ ਸਹਾਰੇ ਰਹਾਂਗੇ, ਫਿਰ ਆਪਾਂ ਭੁੱਖੇ ਮਰਾਂਗੇ। ਸੌਣ ਲੱਗੇ ਤੂੰ ਤਾਂ ਨਾ ਬਾਹਲਾ ਵੱਡਾ ਭਲਵਾਨ, ਅਤੇ ਆਹ ਕੀ ਕਹਿੰਦੇ ਹੁੰਦੇ ਨੇਗੇ, ਲੋਕਾਂ ਦਾ ਕਰਨ ਵਾਸਤੇ ਬਣਿਆ ਹੋਇਆ ਹੈਗਾ, ਲੋਕਾਂ ਦੀ ਸੋਭਾ ਹੀ ਕਰਦਾ ਰਹਿੰਦਾ ਹੈਗਾ, ਕਦੀ ਆਪਦੇ ਬਾਰੇ ਨਹੀਂ ਸੋਚਦਾ ਹੈਗਾ, ਲੋਕਾਂ ਵਾਸਤੇ ਜੰਮ ਰੱਖਿਆ ਤੇਰੀ ਮਾਂ ਨੇ ਤੈਨੂੰ ਤਾਂ। ਉਹ ਲੋਕ ਕਿੱਥੇ ਹੋ ਗਏ, ਉਹ ਤਾਂ ਆਪਦੇ ਨੇ, ਲੋਕ ਥੋੜ੍ਹੀ ਨੇ, ਆਪਦੇ ਨਾਲੇ ਕੋਈ ਐਂ ਨਹੀਂ ਬੋਲਦਾ ਹੁੰਦਾ ਜਿਵੇਂ ਤੂੰ ਬੋਲਦੀ ਆ। ਮਾੜਾ ਮੋਟਾ ਆ ਜਵਾਨ 'ਚ ਨਾ ਮਿੱਠਤ ਰੱਖਿਆ ਕਰ, ਮਿੱਠਤ ਨਾਲ ਸਾਰਾ ਗੁੱਸਾ ਹੈ, ਜਿਵੇਂ ਕਹਿੰਦੇ ਹੁੰਦੇ ਨਾ ਆਪਦੀ ਬੰਦੇ ਦੀ ਜਵਾਨ ਹੁੰਦੀ ਹੈ, ਚਾਹੇ ਖੰਡ ਘਿਓ ਖਾ ਲੇ ਚਾਹੇ ਖਾ ਲੇ ਛਿੱਤਰ। ਹਾਂ ਤੂੰ ਕੋਈ ਨਾ, ਫਿਰ ਤੂੰ ਵੀ ਖੰਡ ਘਿਓ ਖਾ ਲਿਆ ਕਰ, ਤੂੰ ਕਿਉਂ ਆ ਫਿਰਦਾਂਗਾ ਗਿੱਟੇ ਤੜਾਉਂਦਾ। ਬਸ ਕਿਸਮਤ ਦੇ ਝੋਗੇ ਨੇ ਜਿਹੜੇ ਚੁਗੀ ਜਾਂਦੇ ਆ। ਮੇਰੀ ਗੱਲ ਸੁਣ ਲੈ, ਨਹਾ ਨੂ ਲੈ, ਆ ਚੱਜ ਦੇ ਕੋਈ ਕੱਪੜੇ ਪਾ ਲੈ, ਕਈ ਵਾਰ ਕੋਈ ਆ ਜਾਂਦਾ ਹੈਗਾ ਅਗਲਾ ਕਹਿ ਦਿੰਦਾ ਤੀਵੀਂ ਤਾਂ ਨਵੇਂ ਪਾਈ ਬੈਠੀ ਹੁੰਦੀ ਹੈ, ਕਿਤੇ ਆਪ ਦੇਖ ਲੈ ਨੌਕਰਾਂ ਵਾਂਗੂ ਤੁਰਿਆ ਫਿਰਦਾ ਰਹਿੰਦਾ, ਮੈਨੂੰ ਵੀ ਸ਼ਰਮ ਆਉਂਦੀ ਹੈ। ਉਹ ਨਹਾਰਾ ਕਿੱਥੇ, ਹਜੇ ਤੇਲ ਚੱਕ ਕੇ ਲੈ ਕੇ ਆਉਣਾ, ਫਿਰ ਖੇਤ ਜਾਣਾ, ਅੱਗੇ ਨਹਾਲਾ, ਹੁਣ ਤਾਂ ਹੱਥ ਨਹੀਂ ਨਹਾਉਂਗਾ, ਤੂੰ ਐਂ ਕਰ ਮੈਨੂੰ ਘੁੱਟ ਚਾਹ ਦੇ ਦੇ, ਮੈਂ ਪੀ ਕੇ ਤੇਲ ਜਾਂ ਚੱਕ ਲਿਆਵਾਂ ਭੱਜ ਕੇ। ਫੂਕ ਦਿੰਦੀ ਹਾਂ ਚਾਹ, ਸਾਰਾ ਦਿਨ ਉਹਦੇ ਸਿਕਵਾ ਕਰੀ ਜੋ ਜਵਾਕ, ਤੇ ਉਹਨੇ ਦੱਸ ਤੇਰਾ ਕੀ ਮਾੜਾ ਕਰਤਾ, ਓਏ ਹੁਣ ਤਾਂ ਸਾਡੀ ਠੁੱਕ ਆ ਭਰਾ ਮੇਰਾ ਸਰਪੰਚ ਆ ਪਿੰਡ ਦਾ। ਉਹੀ ਗੱਲ, ਜਦੋਂ ਚੱਕ ਕੇ ਲਿਆਂਦੀਆਂ ਫਿਰ ਖੇਤੋਂ ਦਸ ਪਿੰਡਾਂ ਢੇਰ ਲਾ ਜਾ, ਖਲਿਆਰ ਕੇ ਵੱਗ ਗਿਆ, ਮਨ ਦਾ ਕਿਹੜਾ ਹੈਗਾ ਗਾ, ਫਿਰ ਆਪਦੀ ਕਰਦਾ ਕਰ ਪੀਏ ਲੈਣ ਵੇਲੇ ਮੂਹਰੇ ਹੋ ਜੂਗਾ ਵੀ ਐਂ ਨਹੀਂ ਚੱਲ ਵੀ ਇਕੱਠੀ ਕਰ ਜੇ ਕਾਹਨੂੰ, ਫਿਰ ਕਹਿੰਦਾ ਖੇਤ ਜਾਣਾ, ਚੱਲ ਵੱਗ ਜਾ ਖੇਤ ਜਾ ਕੇ ਤੂੰ ਦੇਖ ਲਾ। ਕੀ ਕਰੀ ਜਾਂਦੇ ਹੋ, ਇਕੱਲੇ ਹੀ ਬੋਲੀ ਜਾਂਦੇ ਹੋ? ਕੁਛ ਨਹੀਂ ਗਾ, ਮੈਂ ਆਪਣੇ ਸੀਰੀ ਨੂੰ ਕਿਹਾ ਸੀ ਮੈਂ ਢੇਰ ਲਾ ਜੀ ਤੂੜੀ ਦਾ ਪ੍ਰਾਣੀ ਦਾ, ਉਹ ਤੈਨੂੰ ਪਤਾ ਫਿਰ ਨਵੀਂ ਤੂੜੀ ਪਾਵਾਂਗੇ ਸੁਭਾਅ 'ਚ, ਇਹ ਚਲਾਏ ਵੀ ਦਸ ਦਿਨ ਖਾ ਲੈਣਗੇ, ਮੈਂ ਸਭ ਬਿਮਾਰ ਹੋ ਜਾਂਦੇ ਨਵੀਂ ਤੂੜੀ ਨਾਲ।
ਸਹੀ ਗੱਲ ਹੈ, ਉਹ ਕਿੱਥੇ ਕੰਮ ਕਰਦਾ। ਚਲੋ ਇਹ ਵੀ ਕੰਮ ਵੱਡਾ ਸੀ, ਹੋ ਗਿਆ। ਮੈਂ ਹੀ ਕਹਿੰਦੀ ਸੀ ਆਪਾਂ ਮੇਰੇ ਪੇਕੇ ਚੱਲੀਏ। ਉਹ ਟਾਈਮ ਆ ਹੁਣ ਪੇਕੇ ਜਾਣ ਦਾ, ਰੁੱਤ ਤਾਂ ਦੇਖ ਲੈ ਕਿਹੜੀ ਆ। ਕਿਹੜੀ ਰੁੱਤ ਹੈ, ਪਹਿਲਾਂ ਕਣਕ ਦਾ ਸੀ ਆਪਾਂ ਸੀ, ਉਦੋਂ ਵੀ ਤੁਸੀਂ ਐਂ ਕਰੀ ਗਏ। ਹੁਣ ਤਾਂ ਕਣਕ ਵੱਢਤੀ ਵੇਚਤੀ, ਹੁਣ ਕੀ ਰਹਿ ਗਿਆ ਪਿੱਛੇ? ਦੋ ਜਿਨ੍ਹਾਂ ਨੂੰ ਫਿਰ ਜੀਰੀ ਲਾਉਣੀ ਹੈ, ਫਿਰ ਕਹੋਗੇ ਕਿ ਬੰਦੇ ਆ ਗਏ, ਹੁਣ ਨਹੀਂ ਦੁਬਾਰਾ ਜਾਇਆ ਜਾਣਾ। ਚੱਲ ਕੋਈ ਨਾ, ਨਾਲ ਸਿਆਪਾ ਨਾ ਕਹਿ ਕਰ ਫਸਲ ਨੂੰ। ਕਰਮ ਵਾਲੇ ਦੇ ਘਰੇ ਆਉਂਦੀ ਹੁੰਦੀ ਹੈਗੀ, ਹਰੇਕ ਗੱਲ 'ਤੇ ਕਹਿੰਦੇ ਆ ਸਿਆਪਾ ਸਿਆਪਾ ਸਿਆਪਾ। ਕਾਹਦਾ ਹੈਗਾ, ਇਸੇ ਸਿਰ 'ਤੇ ਸਾਰਾ ਕੁਛ ਹੈਗਾ ਜੇ ਫਸਲਾ ਕਰੇ। ਨਾਲੇ ਮੇਰੀ ਤਾਂ ਇਹ ਸਲਾਹ ਸੀ, ਚੱਲ ਜੀਰੀ ਤਾਂ ਇਹ ਲਾਵਾਂਗੇ ਮਹੀਨੇ ਤੱਕ। ਮੈਂ ਤਾਂ ਮੂੰਗੀ ਮੰਗੀ ਬੀਜਣ ਦੀ ਰਾਏ ਕਰਦਾ ਸੀਗਾ। ਤਾਂ ਹੀ ਤਾਂ ਕਹਿੰਦੀ ਹਾਂ ਫਿਰ ਆ ਕੇ ਬੀਜ ਲਈਓ, ਹੈ ਆਪਾਂ 2 ਕੁ ਦਿਨ ਜਾਏ ਆਉਂਦੇ ਆ, ਮੁੜ ਕੇ ਟਾਈਮ ਨਹੀਂ ਮਿਲਣਾ। ਮੈਂ ਬਾਈ ਨੂੰ ਫੋਨ ਲਾਇਆ ਸੀ ਰਾਜ ਨੂੰ, ਉਹਨੇ ਫੋਨ ਨਹੀਂ ਚੱਕਿਆ, ਤੜਕੇ ਲਾਈ ਜਾਂਦਾ ਗਾ। ਬਾਈ ਮੇਰਾ ਪਿੰਡ ਦਾ ਸਰਪੰਚ ਹੈ, ਵਿਹਲਾ ਨਹੀਂ ਹੈਗਾ, ਉਹਦੇ ਕੋਲ ਬੰਦੇ ਆਏ ਗਏ ਰਹਿੰਦੇ ਹੈਗੇ, ਹੁਣ ਐਂ ਥੋੜ੍ਹੀ ਆ ਵਿਹਲਾ ਹੀ ਹੈ ਤੇਰਾ ਫੋਨ ਚੱਕਣ ਨੂੰ। ਕੋਈ ਨਹੀਂ, ਇੱਧਰ ਉੱਧਰ ਬਿਜ਼ੀ ਹੋਣਾ ਗਾ। ਮੈਂ ਹੀ ਕਹਿੰਦੀ ਸੀ ਆਪਾਂ ਚੱਲ ਵੜਦੇ ਆ, ਉਹਨਾਂ ਨੇ ਕਿਹੜਾ ਕੁਛ ਕਹਿਣਾ। ਫਿਰ ਬੈਕ ਕਾਲ ਤਾਂ ਕਰ ਸਕਦਾ ਬੰਦਾ, ਸੌ ਕੰਮ ਹੁੰਦਾ ਹੈਗਾ, ਕੋਈ ਜ਼ਰੂਰੀ ਤਾਂ ਨਹੀਂ ਵੀ ਉਹਨੇ ਮੀਟਿੰਗ 'ਚ ਬੈਠਾ ਫੋਨ ਨਹੀਂ ਚੱਕਿਆ। ਓਹੋ ਉਹੀ ਤਾਂ ਕਹੀ ਜਾਂਦੀ ਆ, ਬਿਜ਼ੀ ਹੁੰਦਾ। ਕੋਈ ਨਾ ਤੂੰ ਭਾਖਣਾ, ਆਪਾਂ ਚੱਲਦੇ ਹਾਂ, ਨਾਲੇ ਉਹਨਾਂ ਨੂੰ ਵੀ ਵਧੀਆ ਲੱਗੂਗਾ। ਉਹ ਚੱਲ ਮੈਂ ਤਾਂ ਊਂ ਵੀ ਐਂ ਕਹਿੰਦਾ ਜਾਣਾ ਦਾ ਬਾਜ਼ਾਰ ਸੀ, ਮੈਂ ਤਾਂ ਬਾਈ ਤੋਂ ਮੂੰਗੀ ਦਾ 20 ਵਾਰੀ ਪੁੱਛਦਾ ਸੀਗਾ ਵੀ ਕਿਹੜਾ ਲਈਏ ਤੂੰ। ਬਸ ਫਿਰ ਉਹੀ ਤਾਂ ਗੱਲ ਆ, ਹੁਣ ਜਾ ਕੇ ਪੁੱਛ ਲਿਓ। ਐਡੀ ਤੈਨੂੰ ਦੱਸ ਕੀ ਕਾਲੀ, ਕੋਈ ਨਾ ਵਗ ਜਾਂਦੇ ਫਿਰ ਠੰਡੇ। ਨਹੀਂ ਹੁਣ ਮੈਂ ਤਿਆਰ ਹੋਈ ਹੋਈ ਆ, ਦੇਖੀ ਐਂ ਨਾ ਕਰੋ, ਉਹ ਐਂ ਕਿਉਂ ਕਰਦੇ ਹੋ ਤੁਸੀਂ? ਕਿੱਦੇ ਦੇ ਟਾਲੀ ਆਨੇ ਹੋ ਮੈਨੂੰ, ਅੱਜ ਤਾਂ ਮੈਂ ਜਾਣਾ ਹੀ ਜਾਣਾ। ਤਿਆਰ ਵੀ ਹੋ ਕੇ ਬਹਿ ਗਈ, ਹੋਰ ਹੁਣ ਤੁਸੀਂ ਵੀ ਹੋ ਜਾਓ, ਛੇ ਛੇਦੀ ਚੱਲਦੇ ਆ ਫਿਰ ਆਪਾਂ। ਬੀਬੀ ਭਾਪੇ ਨਾਲ ਗੱਲ ਕਰ ਲਈ, ਤੁਸੀਂ ਕਹਿ ਦੋ ਨਾ, ਦੇਖਿਓ ਐਂ ਕਿਉਂ ਕਰਦੇ ਹੋ। ਮੈਂ ਤਾਂ ਚੱਲ ਕਹੂੰਗੀ, ਚੱਲ ਕੋਈ ਨਾ ਫਿਰ ਵਗ ਜਾਂਦੇ, ਹੱਥ ਨੂੰ ਮੁੜਕਾਂਗੇ ਮੈਂ ਤੈਨੂੰ ਇੰਨੀ ਗੱਲ ਦੱਸਤੀ। ਲੈ ਹੁਣ 2 ਦਿਨ ਰੁਕਾਂਗੇ ਵੀ, ਚੱਲ ਕੋਈ ਨਹੀਂ ਪਹਿਲਾਂ ਵਗ ਤਾਂ ਜਾਈਏ, ਵੈਸੇ ਉਹਨਾਂ ਨੇ ਆਉਣ ਤਾਂ ਦੇਣਾ ਨਹੀਂ, ਤੁਸੀਂ ਵੀ ਫਿਰ ਬੈਠ ਹੀ ਜਾਓਗੇ ਜਦੋਂ ਗੱਲਾਂ ਲੱਗ ਗਏ। ਮੈਂ ਤੈਨੂੰ ਪਤਾ ਫਿਰ ਸਾਰਾ ਵਾਹਣ ਵੂਹਣ ਵਾਹੁਣਾ ਗਾ, ਜਿਹੜਾ ਕੋਈ ਮੂੰਗੀ ਬੀਜਣੀ ਆ ਮੂੰਗੀ ਬੀਜ ਲਾਂਗੇ, ਮੱਕੀ ਬੀਜਣੀ ਆ ਮੱਕੀ ਬੀਜ ਲਾਂਗੇ, ਜੇ ਤੂੰ ਰਹਿਣਾ ਹੋਏ 2-4 ਰਾਤਾਂ ਚੱਲ ਲਾਏ, ਮੈਂ ਤੈਨੂੰ ਰੋਕਦਾ ਨਹੀਂ। ਮੇਰੀ ਗੱਲ ਸੁਣੋ, ਕੰਮ ਤਾਂ ਸਾਰੀ ਉਮਰ ਨਹੀਂ ਮੁੱਕਦਾ ਹੁੰਦਾ, 4 ਦਿਨ ਆਪਦਿਆਂ 'ਚ ਰਹਿਣਾ, ਹੱਸਣਾ ਖੇਡਣਾ ਚਾਹੀਦਾ ਗਾ। ਮੇਰੇ ਕੋਲ ਤਾਂ ਖੜਦਾ ਨਹੀਂ, ਉਹਦਾ ਸਾਰਾ ਦਿਨ ਬਾਹਰ ਪਾ ਕੇ ਬਾਈ ਦਾ ਛੋਟਾ ਦਾ, ਉਹ ਵੱਡਾ ਗਾ, ਉਹ ਤੈਨੂੰ ਪਤਾ ਕੰਮ ਧੰਦੇ ਨੂੰ ਤੋਂ ਲੋਟ ਆਉਂਦੇ, ਮੈਂ ਕਿਹਦੇ ਕੋਲੇ ਬੈਠੂ ਉੱਥੇ? ਕੋਈ ਨਹੀਂ ਫਿਰ ਕਿੱਡੀ ਗੱਲ ਹੈ, ਤੁਸੀਂ ਵੀ ਨਾਲ ਵਗ ਜਿਓ ਉਹਨਾਂ ਦੇ, 4 ਗੱਲਾਂ ਪਤਾ ਹੀ ਚੱਲਦੀਆਂ ਨੇ, ਨਾਲੇ ਤੁਹਾਡੀ ਵੀ ਵਾਹ ਵਾਹ ਹੋਊਗੀ, ਅਗਲੇ ਆਖਣਗੇ ਉਹ ਦੇਖ ਸਰਪੰਚ ਕਾ ਪ੍ਰਾਹੁਣਾ ਜਾਂਦਾ। ਆਹ ਕੋਈ ਨਹੀਂ ਆਖਦਾ ਹੁੰਦਾ ਤਾਂ ਗੱਲਾਂ ਹੀ ਹੁੰਦੀਆਂ ਨੇ। ਚੱਲ ਕੋਈ ਨਾ ਵਗ ਜਾਂਦੇ, ਮੈਂ ਬਾਪੂ ਨੂੰ ਕਹਿੰਦਾ ਮੈਂ 2 ਕੁ ਪੰਡਾ ਹੋਰ। ਤੇ ਮੈਂ ਇਹ ਕਹਿੰਦੀ ਸੀ ਮਾਂ ਨੂੰ ਨਾ ਤਰੀਕੇ ਦੇ ਨਾਲ ਕਹੀਓ, ਕਿਤੇ ਫੇਰ ਮੱਚ ਜੇ, ਆਖੂਗੀ ਇਹ ਤਾਂ ਡੇਲੀ ਦਾ ਹੀ ਉਲਾ ਪੱਕੀ ਰੱਖਦੀ ਹੈ ਵੀ ਹਾਂ ਹਾਂ ਜਾਣਾ ਮੈਂ ਪੇਕੇ, ਜਾਣਾ ਮੈਂ ਪੇਕੇ। ਉਹ ਪਰ ਆਖੂ ਤਾਂ ਹੈਗੀ ਹੁਣ, ਸਾਰੇ 15-20 ਦਿਨ ਨਹੀਂ ਹੋਏ ਉਦੇ ਮਿਲ ਕੇ ਆਏ ਹੈਗੇ। ਚੱਲ ਐਂ ਕਿ ਹੁੰਦਾ ਫਿਰ, ਹੁਣ ਮੇਰਾ ਜੀ ਮੇਰੀ ਗੱਲ ਸੁਣ, ਮੈਂ ਬਹਾਨ ਨਾਲ ਕਹੂੰ ਬੀਬੀ ਨੂੰ ਵੀ ਨਾਲ ਤਾਂ ਦੇ ਰੁਪਈਏ ਮੂੰਗੀ ਦਾ ਬੀਜ ਲੈ ਕੇ ਆਉਣਾ, ਵੀ ਬਜ਼ਾਰਕ ਨਹੀਂ ਜਾਵਾਂਗੇ, ਨਾਲੇ ਇੰਨੇ ਬਹਾਨੇ ਨਾਲੇ ਨਾਲੇ ਮੇਰੀ ਭਰਜਾਈਆਂ ਵਾਸਤੇ ਵੀ ਕੁਛ ਲੈ ਜਾਵਾਂਗੇ ਵਿਚਾਰੀਆਂ ਵਾਸਤੇ, ਹੈ ਨਾ? ਉਹ ਮੈਨੂੰ ਹਰ ਵਾਰੀ ਦਿੰਦੀਆਂ ਨੇ, ਇਸ ਵਾਰ ਮੈਂ ਲੈ ਜੂੰ ਉਹਨਾਂ ਵਾਸਤੇ ਕੁਛ, ਵੱਧ ਫੜ ਲਿਓ ਬੀਬੀ ਤੋਂ ਪੈਸੇ। ਕੋਈ ਨਾ, ਚੱਲ ਦੇਖਦੇ ਹਾਂ, ਹੈ ਨਾ? ਚੱਲ ਕੋਈ ਨਾ, ਚੱਲ ਠੀਕ ਹੈ ਫਿਰ, ਮੈਂ ਤਾਂ ਤਿਆਰ ਹੀ ਹਾਂ, ਮੈਂ ਚਾਹ ਬਣਾਉਣੀ ਹੈ, ਤੁਸੀਂ ਆ ਜਾਓ ਨਾਲੇ ਤਿਆਰ ਹੋ ਜਾਓ। ਠੀਕ ਆ, ਹਾਂ ਚੰਗਾ ਚੰਗਾ। ਉਹ ਰੋਜ਼ ਹੀ ਇਹਨੂੰ ਹੁਣ ਹਵਾ ਚਾਹੀ ਚੜ੍ਹਾ ਪਿਆ, ਮੇਰਾ ਭਾਈ ਸਰਪੰਚ, ਮੇਰਾ ਭਾਈ ਸਰਪੰਚ। ਫਿਰ ਕੋਈ ਨਾ ਬਣ ਗਿਆ ਸਰਪੰਚ, ਫਿਰ ਮੇਰੀ ਤਾਂ ਨਹੀਂ ਜਾਣ ਲੈਣੀ ਤੂੰ। ਕਿਵੇਂ ਆ ਮਾਂ? ਠੀਕ ਆ ਪੁੱਤ, ਤੂੰ ਦੱਸ ਕਿਵੇਂ? ਠੀਕ ਹੈ? ਬਸ ਠੀਕ ਆ ਮੈਂ ਤਾਂ। ਕੀ ਗੱਲ ਕੁੜੇ, ਹੈ ਜੇ ਕਾਹਤੋਂ ਮੂੰਹ ਬਣਾ ਰੱਖਿਆ, ਲੜਤਾ ਨਹੀਂ ਪਏ? ਲੜਨਾ ਕੀ ਸੀ, ਉਹ ਮੇਰੇ ਪੱਲੇ ਤੁਸੀਂ ਝੁੱਡੂ ਪਾ ਰੱਖਿਆ, ਨਾ ਮੇਰੀ ਗੱਲ ਸੁਣੇ ਨਾ ਮੰਨੇ ਕੁਛ। ਕੀ ਗੱਲ ਹੋ, ਕੀ ਗਿਆ? ਹੋਣਾ ਕੀ ਹੈ, ਸਾਰਾ ਦਿਨ ਉਹਨੂੰ ਅਸੀਂ ਪਿੱਟਦੀ ਰਹਿੰਦੀ ਹਾਂ, ਬੇ ਨਾਲ ਹੈ ਕੋਈ ਕੱਪੜਾ ਲੀੜਾ ਪਾਲਾ। ਕੀ ਗੱਲ ਮਾਂ, ਕਿਉਂ ਨਹੀਂ ਉਹ ਮੇਰੀ ਗੱਲ ਸੁਣਦਾ, ਕਿਉਂ ਇਹੋ ਜਿਹਾ ਜੰਮ ਰੱਖਿਆ ਇਹ? ਲੈ ਦੇਖ ਲੈ ਕੁੜੇ, ਉਹਨੂੰ ਕਮਾਉਂਦੇ ਧਮਾਉਂਦੇ ਨੂੰ ਵੀ ਦੋਸ਼ ਦੇਈ ਜਾਂਦੀ ਹੈਗੀ, ਕੀ ਗੱਲ? ਚਿੱਟੇ ਪਾ ਕੇ ਬਹਿ ਜਾਈਏ ਉਹ ਉੱਥੇ ਖੁੰਡਾਂ 'ਤੇ ਜਾ ਕੇ, ਹੈਂ? ਕੰਮ ਕਰਦਾ ਉਹ ਖੇਤ 'ਚ,
ਤੂੰ ਤਾਂ ਮਾਂ ਦਰਿਆ ਤਾਂ ਕਰਤੀ, ਇੱਕ ਤੌੜੀ 'ਚ ਦੋ ਢਿੱਡ ਕਰਤੇ, ਇੱਕ ਤਾਂ ਬਗਲਾ ਬਣ ਕੇ ਤੜਕੀ ਨਿਕਲ ਜਾਂਦਾ, ਇੱਕ ਉਹ ਨੌਕਰਾਂ ਵਾਂਗੂ ਲੱਗਿਆ ਰਹਿੰਦਾ ਸਾਰਾ ਦਿਨ, ਉਹਨੂੰ ਕਾਸਾ ਦਾ ਲੱਖਣ ਹੀ ਨਹੀਂ ਹੈਗਾ। ਵੀਰ ਲੱਖਣ ਤਾਂ ਉਹਨੂੰ ਬਥੇਰਾ ਹੈ, ਹੈਂ ਤਾਂ ਉਹਦੀ ਮੱਤ ਮਾਰ ਰੱਖੀ ਹੈ। ਕੀ ਨਹੀਂ ਕਰਦਾ, ਸਾਰਾ ਖੇਤ ਕੰਮ ਕਰਦਾ, ਘਰੇ ਵੀ ਉਹ ਡੰਗਰ ਵੱਛਾ ਸਾਂਭਦਾ। ਅੱਛਾ ਭਾਈ, ਜਿਹੜਾ ਬਗਲਾ ਬਣ ਕੇ ਨਿਕਲ ਜਾਂਦਾ ਉਹ ਕਿਹੜਾ ਚੌ ਨੂੰ ਨਿਕਲਦਾ, ਸਾਰੇ ਪਿੰਡ ਦੀ ਕਬੀਲਦਾਰੀ ਉਹਦੇ ਸਿਰ ਹੈ, ਸਾਰੇ ਪਿੰਡ ਦੀ ਟੈਨਸ਼ਨ ਹੈ ਉਹਨੂੰ। ਮੈਂ ਤੈਨੂੰ ਦੱਸਾਂ ਗੱਲ। ਅੱਛਾ, ਇਹਨੂੰ ਵੀ ਫਿਰ ਕਿਸੇ ਦੀ ਟੈਨਸ਼ਨ ਹੋਣੀ ਚਾਹੀਦੀ ਹੈ ਵੀ ਮੈਂ ਸਰਪੰਚ ਦਾ ਭਰਾ, ਮੈਂ ਵੀ ਚੱਜ ਦੇ ਕੱਪੜਾ ਲੀੜਾ ਪਾ ਕੇ ਨਿਕਲਾਂ ਬਾਹਰ। ਨਾ, ਇਹ ਤਾਂ ਬਸ ਇੱਕੋ ਹੀ ਕੰਮ ਕਰਨ ਜਾਣਦਾ, ਨੌਕਰਾਂ ਵਾਂਗੂ ਤੂੜੀ ਪਾਇਆ ਸੰਨੀ ਕਰਿਆ, ਮੱਝਾਂ ਨਵਾਲਿਆ, ਸਾਰਾ ਦਿਨ ਐਂ ਲੱਗਿਆ ਰਹਿੰਦਾ ਹੈਗਾ। ਨਹੀਂ, ਉਹਨੂੰ ਤਾਂ ਸਰਦਾ ਨਹੀਂ, ਛੋਟੇ ਨੂੰ ਤਾਂ ਸਰਦਾ ਨਹੀਂ, ਜਾਏ ਬਿਨਾਂ ਉਹਦਾ ਕਿਹੜਾ ਜੀ ਕਰਦਾ। ਜਦੋਂ ਪਿੰਡ ਨੇ ਸਾਰੇ ਨੇ ਰਲ ਮਿਲ ਕੇ ਸਰਪੰਚ ਬਣਾ ਤਾਂ ਜਵਾਬ ਦਿੱਤਾ ਨਹੀਂ ਗਿਆ, ਮੈਂ ਬਥੇਰਾ ਪਿੱਟਦੀ ਹਾਂ, ਭੁੱਖਾ ਤਾਂ ਹੈ, ਤੜਕੀ ਨਿਕਲ ਜਾਂਦਾ ਘਰੋਂ, ਹੈਂ ਤੇਰੇ ਤਾਂ ਢਿੱਡ 'ਚ ਡੰਡੂਲੇ ਉੱਠਦੇ ਨੇਗੇ ਵੀ ਬਗਲਾ ਬਣ ਕੇ ਨਿਕਲ ਗਿਆ। ਮੈਨੂੰ ਵੀ ਪਤਾ, ਮੈਂ ਜਾਣਦੀ ਹਾਂ ਤੇਰੇ ਦਿਲ ਦੀਆਂ ਬੁੱਝਦੀ ਹਾਂ, ਅਤੇ ਪਰ ਮੈਨੂੰ ਪੁੱਛ ਕੇ ਦੇਖ, ਇਹ ਟਾਈਮ ਸਿਰ ਵੱਡਾ ਰੋਟੀ ਤਾਂ ਖਾ ਲੈਂਦਾ, ਉਹ ਰੋਟੀ ਵੀ ਐਂ ਨਹੀਂ ਪਤਾ 4 ਵਜੇ ਆ ਕੇ ਖਾਊਗਾ ਕਿ 3 ਵਜੇ ਆ ਕੇ, ਠੰਡੀਆਂ ਬੱਤੀਆਂ ਕੋਈ ਉਹਨਾਂ ਦਾ ਸਵਾਦ ਨਾ ਬੰਨਣਾ, ਅਤੇ ਕੋਈ ਉਹ ਚੌ ਨੂੰ ਨਹੀਂ ਜਾਂਦਾ ਵੀਰ ਬਗਲਾ ਬਣ ਕੇ। ਮੈਂ ਤੈਨੂੰ ਦੱਸਾਂਗਾ। ਕੋਈ ਨਾ, ਫਿਰ ਸਰਪੰਚ ਵੀ ਉਹੀ ਕਹਾਉਂਦਾ, ਅਸੀਂ ਕਿਹੜਾ ਸਰਪੰਚ ਕਹਾਉਂਦੇ ਹਾਂ, ਚਾਹੇ ਰਾਤ ਨੂੰ ਖਾਵੇ ਠੰਡੀਆਂ ਖਾਵੇ ਚਾਹੇ ਤੱਤੀਆਂ ਖਾਵੇ, ਸਾਨੂੰ ਕਿਸੇ ਦਾ ਕੀ ਭਾਅ ਹੈ। ਇਕੱਲੀ ਸਰਪੰਚੀ ਹੈ ਪੱਲੇ ਸਾਡੇ, ਹੋਰ ਕੀ ਹੈ, ਕੀ ਬਣਾ ਲਿਆ, ਕੀ ਖੱਟ ਲਿਆ, ਖੱਟ ਲਿਆ ਕੁਛ ਅਸੀਂ ਨੇ? ਖੱਟ ਲੈਂਦੀਆਂ ਫਿਰ ਗੱਲਾਂ ਕਰਨ ਜੋਗੀ ਹੂੰ, ਆਹ ਪੱਲੇ ਪਾ ਰੱਖਿਆ ਮੇਰੇ ਇੱਕ ਬੁੱਝ, ਨਾ ਮੇਰੀ ਗੱਲ ਸੁਣੇ, ਮੇਰੇ ਤਾਂ ਸੌਣ ਲੱਗੇ, ਮੈਨੂੰ ਤਾਂ ਨਾ ਆਂਢਣਾ ਗਵਾਂਢਣਾ ਵੀ ਗੱਲਾਂ ਕਰਦੀਆਂ ਨੇਗੀਆਂ ਵੀ ਆਪ ਤਾਂ ਤੂੰ ਤੜਕੀ ਨਾ ਧੋ ਕੇ ਤਿਆਰ ਹੋ ਕੇ ਬਹਿ ਜਾਂਦੀ ਹੈਗੀ, ਅਤੇ ਉਹ ਦੇਖ ਲੈ ਬੁੱਝ, ਉਹਨੂੰ ਵੀ ਕਹਿ ਦਿਆ ਕਰ ਵੀ ਨਾ ਧੋ ਕੇ ਕੱਪੜੇ ਪਾ ਲਏ। ਉਹਨਾਂ ਨੂੰ ਕੀ ਦੱਸਾਂ ਵੀ ਮੈਂ ਤਾਂ ਤੜਕੀ ਪਿੱਟਣ ਲੱਗ ਜਾਂਦੀ ਹਾਂ, ਮੇਰੇ ਤਾਂ ਕੋਈ ਕੰਜਰ ਗੱਲ ਹੀ ਨਹੀਂ ਸੁਣਦਾ ਹੈਗਾ, ਮੇਰੇ ਤਾਂ ਸਾਰੀ ਉਮਰ ਐਂ ਲੰਘ ਜੂ ਰੋਂਦੀ ਦੀ। ਐਂ ਕਰਿਆ ਕਰ, ਉਹਨੂੰ ਨਵਾਂ ਆਤਮਾ ਆ ਕੇ ਸੋਹਣਾ ਕੱਪੜਾ ਲੀੜਾ ਪਾ ਕੇ ਮੰਜੇ 'ਤੇ ਬਿਠਾ ਲਿਆ ਕਰ, ਉਹਨੂੰ ਦੇਖੀ ਜਾਇਆ ਕਰ ਚੰਗਾ ਸਾਰਾ ਦਿਨ, ਅਤੇ ਫਿਰ ਖੇਤ 'ਚ ਆਪੇ ਹੋ ਜਾ ਕਰਨਗੇ ਦਾਣੇ, ਖਾਵੇਂਗੀ ਕੀ, ਦੌਰੂ ਵਜਾਉਣ ਜੋਕਰੀ ਹੋ ਜਾਏਗੀ। ਨਾ ਸਾਨੂੰ ਪੁੱਛ ਕੇ ਦੇਖ ਲਾ, ਸਰਪੰਚ ਦਾ ਤੇਰੇ ਐਂ ਢਿੱਡ 'ਚ ਡੰਡੂਰੇ ਉੱਠਦੇ ਨੇ ਵੀ ਇਹ ਸਰਪੰਚੀ ਇਹਨਾਂ ਕੋਲ, ਸਾਰਾ ਦਿਨ ਗੁੱਤਨੀ ਰੁਲੀ ਰਹਿੰਦੀ ਆ, ਤੜਕਿਓਂ ਲਾ ਕੇ ਆਥਣ ਤੱਕ ਐਂ ਨਹੀਂ ਪਤਾ 10 ਬੰਦੇ ਚਾਹ ਵਾਲੇ ਆ ਜਾਣ, 10 ਰੋਟੀ ਵਾਲੇ ਆ ਜਾਣ, ਠੁੱਠੇ ਨਹੀਂ ਮੁੱਕਦੇ ਸਾਰਾ ਦਿਨ, ਹੈਂ। ਚੱਲ ਮਾਂ, ਤੇਰੀ ਗੱਲ ਮੰਨ ਲੈਂਦੀ ਹਾਂ ਵੀ ਉਹ ਤਾਂ ਸਰਪੰਚ ਹੈ ਤਾਂ ਬਗਲਾ ਬਣ ਕੇ ਲੰਘ ਜਾਂਦਾ ਹੈਗਾ, ਅਤੇ ਆਹ ਤਾਂ ਨਹੀਂ ਸਰਪੰਚ ਨਹੀਂ ਹੈਗੀ, ਇਹ ਮਹਾਰਾਣੀ ਉਈ ਤੜਕੀ ਲਾ ਕੇ ਸੁਰਖੀ ਬਿੰਦੀ ਤਿਆਰ ਹੋਈ ਰਹਿੰਦੀ ਹੈਗੀ, ਇਹ ਕਿੱਧਰ ਦੀ ਸਰਪੰਚ ਨਹੀਂ ਬਣਾ ਰੱਖੀ ਹੈ? ਨਹੀਂ, ਮੇਰੀ ਗੱਲ ਸੁਣਨੀ, ਬੋਲੀ ਤਾਂ ਜਾਂਦੀ ਹੈ ਲਾਪਰ ਲਾਪਰ, ਜਦੋਂ ਉਹ ਸਰਪੰਚ ਦੇ ਮਗਰ ਲੱਗੀ ਹੈ ਵੀਰ, ਹੁਣ ਤਾਂ ਉਹ ਸਰਪੰਚਣੀਓ ਹੀ ਹੈਗੀ, ਹੈਂ, ਕਿਹੜੇ ਬੈਲਟ ਔਰ ਕੱਢ ਲੈਂਦੀ ਹੈ, ਹਿੰਮਤ ਨਾਗ ਦੀ ਕੰਮ ਕਰ ਲੈਂਦੀ ਹੈ, ਸਾਰਾ ਦਿਨ ਗੁੱਤਨੀ ਰੁਲੀ ਰਹਿੰਦੀ ਹੈ, ਆ ਤੂੰ ਟੌਰ ਤਾਂ ਤੂੰ ਵੀ ਕੱਢੀ ਫਿਰਦੀ ਹੈਗੀ। ਇੱਕ ਗੱਲ ਤੈਨੂੰ ਮੈਂ ਹੋਰ ਦੱਸਦੀ ਹਾਂ, ਜਿਹੜਾ ਬੰਦਾ ਤਾਂ ਕੰਮ ਨੂੰ ਕੰਮ ਸਮਝ ਕੇ ਕੰਮ ਕਰਦਾ ਉਹਦੇ ਵਾਸਤੇ ਤਾਂ ਹੋ ਜਾਂਦਾ ਵੀਰ ਦੁੱਬਰ, ਜਿਹੜਾ ਬੰਦਾ ਕੰਮ ਨੂੰ ਕਰਦਾ ਸ਼ੌਂਕ ਨਾਲ ਉਹ ਮਿੰਟ 'ਚ ਨਿਮੇੜ ਲੈਂਦਾ। ਹੁਣ ਕੰਮ ਤਾਂ ਤੇਰੇ ਨਾਲੋਂ ਚੌਗਣਾ ਸਾਡੇ ਘਰੇ, ਪਰ ਨਿਮੇੜ ਕੇ ਤਾਂ ਇੱਥੋਂ ਪਹਿਲਾਂ ਨਾ ਧੋ ਕੇ ਉਹਨੇ ਆਪਦਾ ਸੁਰਖੀ ਪਾਊਡਰ ਲਾ ਲਿਆ। ਨਹੀਂ ਮਾਂ, ਤੁਹਾਨੂੰ ਤਾਂ ਆਉਂਦੀਆਂ ਨੇ ਗੱਲਾਂ, ਤੁਸੀਂ ਖਾਂਦੇ ਹੋ ਸਰਕਾਰੀ ਪੈਸਾ, ਅਤੇ ਸਾਡੇ ਵਰਗਿਆਂ ਕੋਲ ਉਹੀ 4 ਛਿੱਲੜ ਨੇ। ਲੈ ਕੁੜੇ, 4 ਛਿੱਲੜ ਕਾਹਤੋਂ ਨੇ, ਬਰੋਬਰ ਦੀ ਤੁਹਾਨੂੰ ਜ਼ਮੀਨ ਵੰਡ ਕੇ ਦੇ ਤੀ, ਬਰੋਬਰ ਦਾ ਤੁਹਾਨੂੰ ਘਰ ਵੰਡ ਕੇ ਦੇ ਤਾ, ਸਭ ਕੁਛ ਵੰਡਿਆ ਆਇਆ ਸੀ ਭਾਈ ਤੁਹਾਨੂੰ ਅੱਧ ਦਾ, ਹੈਂ। ਇਹ ਤਾਂ ਕਰਮਾਂ ਦੀ ਗੱਲ ਹੁੰਦੀ ਹੈਗੀ, ਚਲੋ ਉਹਦੇ ਕੋਲ ਸਰਪੰਚੀ ਆ ਗਈ, ਇਹ ਖੇਤੀ ਕਰੀ ਜਾਂਦਾ, ਰਹੀ ਗੱਲ ਸਰਕਾਰੀ ਪੈਸੇ ਦੀ, ਕੁੜੇ ਪਿੰਡ ਨੇ ਤਾਂ ਕਹਿਣਾ ਹੀ ਕਹਿਣਾ, ਜਿਹੜੇ ਵਿਰੋਧੀ ਨੇ, ਤੂੰ ਸਕੀ ਨੂੰ ਕਹੀ ਜਾਂਦੀ ਹੈ ਕਿ ਸਰਕਾਰੀ ਪੈਸਾ ਖਾਂਦੇ ਹੋ, ਅਸੀਂ ਪਿਆ ਸਰਕਾਰੀ ਪੈਸਾ ਖਾਣ ਕਰੀ, ਘਰੋਂ ਲਾਉਣੇ ਪੈਂਦੇ ਨੇ, ਖਾਣ ਖੂਣ ਨੂੰ ਕੁਛ ਨਹੀਂ ਹੈਗਾ ਸਰਪੰਚੀਆਂ 'ਚ। ਠੀਕ ਹੈ ਭਾਈ, ਆ ਪਿੰਡ ਇਕੱਠਾ ਹੋ ਕੇ ਆ ਗਿਆ, ਮੋੜੇ ਨਹੀਂ ਗਏ, ਪਿੰਡ ਦੇ ਨਾਲ ਖੜੇ ਹਾਂ, ਚੱਲ ਸਰਪੰਚ ਬਣ ਗਿਆ। ਨਾ ਫਿਰ ਇਹਨੂੰ ਵੀ 2 ਅੱਖਰ ਪੜ੍ਹਾ ਦਿੰਦੇ, ਇਹਦੇ ਵਾਰੀ ਕਿਹੜਾ ਮਾਸਟਰ ਮਰ ਗਏ ਸੀ ਜਾਂ ਅੱਗ ਲੱਗ ਗਈ ਸੀ ਕਿਤੇ, ਜੇ ਮਾੜੇ 4 ਅੱਖਰ ਇਹ ਪੜ੍ਹਿਆ ਹੁੰਦਾ ਇਹ ਵੀ ਕਿਤੇ ਸਰਕਾਰ ਵਾਲਾ ਪੈਸਾ ਖਾ ਲੈਂਦਾ।
ਹਾਂ ਐਂ ਪਿਆ ਸਰਕਾਰ ਵਾਲਾ ਪੈਸਾ ਤਾਂ ਖਾਣ ਕੰਨੀਓ ਵੀ ਰੋੜ ਲਓ ਬਸ ਨਹੀਂ ਪੜ੍ਹਨ ਤਾਂ ਦੋਨੇ ਲਾਏ ਸੀ ਇਹਨੂੰ ਸ਼ੌਂਕ ਹੀ ਨਹੀਂ ਸੀ ਪੜ੍ਹਨ ਦਾ ਝੋਲਾ ਸਿੜਦਾ ਖੇਤ ਨੂੰ ਉੱਡ ਜਾਂਦਾ ਆਪਦੇ ਪਿਓ ਨਾਲ ਹਲ ਵਾਹੁੰਦਾ ਅਤੇ ਉਹ ਛੋਟੇ ਨੂੰ ਭਾਈ ਸ਼ੌਂਕ ਸੀਗਾ ਉਹ ਪੜ੍ਹ ਲਿਆ ਚਰਖੜ ਪੜ੍ਹ ਕੇ ਚਲੋ ਆਪਦੇ ਕਿੱਤੇ ਜੋਗਰਾ ਹੋ ਗਿਆ ਹਾਂ ਤਾਂ ਹੀ ਤਾਂ ਇਹ ਫਿਰ ਧੱਕੇ ਖਾਂਦਾ ਫਿਰਦਾ ਕਦੀ ਖੇਤ ਵਗ ਗਿਆ ਕਦੀ ਕਿਤੇ ਵਗ ਗਿਆ ਜੇ ਕਿਤੇ ਪੜ੍ਹਿਆ ਹੁੰਦਾ ਕਾਹਨੂੰ ਮੇਰੇ ਵੀ ਕਰਮ ਖੁੱਲ੍ਹ ਜਾਂਦੇ ਪਰ ਮੇਰੇ ਕਰਮ ਕਿੱਥੇ ਖੁੱਲ੍ਹਣਗੇ ਮੈਨੂੰ ਤਾਂ ਸਾਰੀ ਉਮਰ ਆਈ ਸਤਾਏ ਰੋਂਦੀ ਰਹੂੰ ਮੈਂ ਤਾਂ ਸਾਰੀ ਉਮਰ ਹੁਣ ਮੈਨੂੰ ਨਾ ਲਾਂਭੇ ਦੇ ਇਹ ਗੱਲ ਤਾਂ ਇਹ ਉਦੋਂ ਆਪਦੇ ਮਾਂ ਪਿਓ ਨਾਲ ਕਰਨੀ ਸੀ ਜਦੋਂ ਉਹ ਰਿਸ਼ਤਾ ਦੇਖਣ ਆਏ ਸੀ ਵੀ ਮੈਨੂੰ ਤਾਂ ਪੜ੍ਹਿਆ ਲਿਖਿਆ ਭਾਲ ਕੇ ਦਿਓ ਹੁਣ ਆਪਦੀ ਕਿਸਮਤ ਨੂੰ ਕੋਸ ਚਾਹੇ ਮੈਨੂੰ ਲਾਂਭੇ ਦੇ ਪਰ ਇਹ ਗਲਤ ਹੈ ਉਹਨਾਂ ਨੂੰ ਕਹਿ ਦਿੰਦੀ ਭਾਈ ਮੈਂ ਤਾਂ ਪੜ੍ਹੇ ਲਿਖੇ ਦੇ ਜਾਊਂਗੀ ਹਾਂ ਕੋਈ ਨਹੀਂ ਫਿਰ ਅਨਪੜ੍ਹ ਕਿਹੜਾ ਨਾ ਤੋਂ ਕੇ ਕੱਪੜਾ ਲੀੜਾ ਨਹੀਂ ਪਾਉਂਦਾ ਅੱਗ ਲਾਉਣਾ ਕੱਪੜਾ ਲੀੜਾ ਤਾਂ ਪਾਲੇ ਬਾਕੀ ਤਾਂ ਜਿਹੜਾ ਮੇਰੇ ਕਰਮਾਂ 'ਚ ਹੈਗਾ ਹੈਗਾ ਹੀ ਹੈ ਚੱਲ ਕੋਈ ਨਾ ਮੈਂ ਕਹਿ ਦੂੰਗੀ ਮੇਰਾ ਪੁੱਤ ਵੀ ਪੁੱਤ ਤੜਕੀ ਬੰਨ ਠਣ ਕੇ ਅਤੇ ਉੱਥੇ ਖੁੰਡਾਂ 'ਤੇ ਬਹਿ ਜਾ ਕਰ ਜਾ ਕੇ ਤਾਂ ਸਾਲਿਆਂ ਕੋਲ ਬਹਿ ਜਾ ਕਰ ਅਤੇ ਕੰਮ ਦਾ ਡੱਕਾ ਨਾ ਤੋੜੀ ਤੇਰੀ ਬਹੂ ਐਂ ਕਹਿੰਦੀ ਹੈ ਫੇਰ ਨਾ ਕਿਚ ਕਿਚ ਕਰੀ ਹਾਂ ਊਂ ਐਂ ਨਾ ਕਹੀਂ ਵੀ ਨਹਾ ਧੋ ਲਿਆ ਕਰ ਐਂ ਸਗੋਂ ਲਾ ਕੇ ਗੱਲ ਕਹੀਂ ਚੰਗਾ ਐਂ ਕਿ ਜੈ ਵੱਟ ਗਿਆ ਉਹ ਚਲਿਟਦਾ ਫਿਰਦਾ ਨਹਾ ਧੋ ਲਿਆ ਕਰ 50 ਵਾਰੀ ਕਹਿਤਾ ਹੈ ਉਹ ਨਹਾਉਂਦਾ ਹੀ ਨਹੀਂ ਹੋਰ ਚਿਲਕ ਚੰਦੋ ਆਪਣੀ ਚਰੀ ਜੀ ਰਮਾਉਣ ਵਾਲੀ ਸੀ ਠੀਕ ਹੈ ਮਹਾਜਲ ਨਾਲੇ ਹੋਰ ਮਾਇਆ ਆਉਣੇ ਆ ਚੱਲ ਤੇ ਹੋਰ ਤੂੰ ਦੱਸ ਫਿਰ ਕਿੱਧਰ ਸਿਖਰ ਤੋਂ ਪਹਿਰੇ ਤੁਰਿਆ ਫਿਰਦਾ ਤੈਨੂੰ ਪਤਾ ਹੀ ਹੈ ਬਾਈ ਟਿਕਣ ਨਹੀਂ ਦਿੰਦਾ ਹੈ ਕੋਈ ਮੈਂ ਤਾਂ ਦੋ ਰੌਲੇ ਜੇ ਸੀਗੇ ਉਹ ਨਿਬੇੜ ਕੇ ਆਇਆ ਗਾ ਇੱਕ ਤਾਂ ਉਹੀ ਗੱਲ ਉਹ ਹਰਨੇਕ ਕੀ ਕੁੜੀ ਦਾ ਰੌਲਾ ਸੀਗਾ ਇੱਕ ਮੱਗਰ ਕੇ ਨੂੰਹ ਦਾ ਰੌਲਾ ਸੀ ਅੱਛਾ ਅੱਛਾ ਹਾਂ ਠੀਕ ਆ ਠੀਕ ਆ ਉਹਦਾ ਕੰਜਰ ਦੇ ਨਾ ਉਈ ਕਲੇਸ਼ ਪਾਈ ਬੈਠਿਆ ਘਰੇ ਵੀ ਤੁਹਾਡਾ ਇੰਨਾ ਵਧੀਆ ਪਰਿਵਾਰ ਆ ਕਾਹਦੇ ਪਿੱਛੇ ਤੁਸੀਂ ਲੜਦੇ ਹੋ ਉਹ ਗਾਹਾਂ ਉਹ ਵੀ ਬੰਦੇ ਚੰਗੇ ਆ ਮੂਹਰਲੇ ਵੀ ਹਾਂ ਬਾਈ ਤੈਨੂੰ ਪਤਾ ਹੈ ਬਸ ਬੰਦੇ ਦੇ ਆਪਦੇ ਸਾਰੇ ਬਹੁਤ ਗੱਲਾਂ ਹੁੰਦੀਆਂ ਨੇ ਤੈਨੂੰ ਪਤਾ ਕਈ ਬੰਦੇ ਉਈ ਨਹੀਂ ਟਿਕਦੇ ਹੁੰਦੇ ਹੋਰ ਬਾਈ ਤੂੰ ਦੱਸ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਤੈਨੂੰ ਹੈ ਦੇ ਕਮਲਾ ਓਏ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਉਹ ਮੈਨੂੰ ਦੱਸ ਮੈਂ ਆਪੇ ਹਾਜ਼ਰ ਕਰ ਦੂੰਗਾ ਹੈ ਤੇਰੇ ਕੋਲੇ ਕਿਹੜੀ ਚੀਜ਼ ਦੀ ਕਮੀ ਆ ਤੇ ਜੇ ਕੋਈ ਕਮੀ ਆ ਭਾਈ ਦੱਸ ਦੇ ਅਸੀਂ ਪੂਰੀ ਕਰ ਦਾਨੇ ਆ ਲੈ ਬਾਈ ਆਪਦੇ ਵੱਡੇ ਭਰਾਵਾਂ ਦੇ ਸਿਰ ਤੇ ਸਰਪੰਚੀਆਂ ਹੁੰਦੀਆਂ ਨੇ ਇਕੱਲਾ ਕੌਣ ਵੱਡਾ ਹੁੰਦਾ ਉਹਨਾਂ ਨੇ ਮੇਰੀ ਗੱਲ ਸੁਣੋ ਵੱਡਾ ਸਰਪੰਚ ਸਾਰੇ ਪਿੰਡ ਦੇ ਵਿੱਚ ਚੜਾਈ ਆ ਜੱਟ ਦੀ ਹਰੇ ਕਹਿੰਦਾ ਵੀ ਉਹ ਦੇਖ ਓਏ ਕਰਮ ਸਿੰਘ ਦਾ ਭਰਾ ਜਾਂਦਾ ਸਰਪੰਚ ਚੱਲ ਫਿਰ ਹੋਣੀ ਵੀ ਚਾਹੀਦੀ ਹੈ ਬਾਈ ਓਏ ਬਸ ਉਈ ਮਨ ਜਾ ਭਰਿਆ ਆਉਂਦਾ ਰਾਜ ਓਹੋ ਐਂ ਮਨ ਦੁਖੀ ਨਾ ਕਰਿਆ ਕਰ ਤਾਂ ਹੀ ਤਾਂ ਮੈਂ ਤੈਨੂੰ ਫਿਰ ਕਹਿੰਦਾ ਉਹੀ ਗੱਲ ਆ ਓਏ ਆਪਣੇ 'ਚ ਤਾਂ ਇੰਨਾ ਪਿਆਰ ਹੈ ਇਹ ਆਪਣੇ ਵਾਲੀਆਂ ਨਹੀਂ ਟਿਕਦੀਆਂ ਮੇਰੇ ਸਾਲੇ ਦੇ ਦੀਆਂ ਚੱਲ ਕੋਈ ਨਹੀਂ ਬਾਈ ਆਪਾਂ ਉਹਨਾਂ ਤੋਂ ਕੀ ਲੈਣਾ ਹੈ ਉਹੀ ਗੱਲ ਭਰਾਵਾਂ ਦਾ ਪਿਆਰ ਹੋਵੇ ਭਰਾਵਾਂ ਦੇ ਵਿੱਚ ਪੂਰਾ ਫਰਕ ਨਹੀਂ ਹੋਣਾ ਚਾਹੀਦਾ ਚੱਲ ਕੋਈ ਨਾ ਹੋਰ ਬੇਬੇ ਠੀਕ ਹੈ ਜੀ ਹਾਂ ਹਾਂ ਵਧੀਆ ਉਹ ਮਨ ਉੱਧਰ ਡਰਦੇ ਨਹੀਂ ਜਾਂਦਾ ਵੀ ਐਵੇਂ ਤੇਰੇ ਭਾਬੀ ਕਲੇਸ਼ ਪਾ ਲੈਂਦੀ ਆ ਫਿਰ ਤੂੰ ਫਿਰ ਕਾਹਨੂੰ ਆਪਦਾ ਮਨ ਦੁਖੀ ਕੀਤਾ ਬਾਈ ਕਾਹਨੂੰ ਰੋਣਾ ਹੁੰਦਾ ਤੂੰ ਓ ਬਸ ਉਈ ਮੈਂ ਤਾਂ ਤੈਨੂੰ ਪਤਾ ਖੁਸ਼ੀ ਦੇ ਹੰਝੂ ਆ ਜਾਂਦੇ ਰਾਜਾ ਮੈਨੂੰ ਤਾਂ ਐਂ ਹੁੰਦਾ ਵੀ ਮੇਰੇ ਭਰਾ ਦੀ ਕਿੱਡੀ ਚੜ੍ਹਾਈ ਹੋ ਗਈ ਯਾਰ ਸਰਪੰਚ ਬਣ ਗਿਆ ਫਿਰ ਉਹੀ ਗੱਲ ਆ ਤੇਰੇ ਸਿਰ 'ਤੇ ਆ ਬਾਈ ਮੈਂ ਤਾਂ ਵੱਡਾ ਵੀ ਤੇਰੇ ਸਿਰ 'ਤੇ ਆ ਅਤੇ ਛੋਟਾ ਵੀ ਤੇਰੇ ਸਿਰ 'ਤੇ ਆ ਚੱਲ ਕੋਈ ਗੱਲ ਨਹੀਂ ਦੇਖ ਮਾਂ ਤੈਨੂੰ ਬਹੁਤ ਯਾਦ ਕਰਦੀ ਹੁੰਦੀ ਹੈ ਤੂੰ ਆ ਜਾਇਆ ਕਰ ਘਰੇ ਮੈਂ ਆ ਕੇ ਜਾਊਂਗਾ ਮਾਰੂੰਗਾ ਗੇੜਾ ਅਤੇ ਮੈਂ ਚਰੀ ਚੁਰੀ 'ਚ ਨਵਾਇਆ ਮੈਂ ਤੁਹਾਡਾ ਤਾਂ ਨਹੀਂ ਕੋਈ ਕੰਮ ਖੇਤ ਨਾ ਨਾ ਕੋਈ ਕੰਮ ਨਹੀਂ ਹੈਗਾ ਮੈਂ ਆ ਜਾਊਂਗਾ ਖੇਤ ਤਾਂ ਕੋਈ ਨਹੀਂ ਚੱਲ ਠੀਕ ਆ ਹੈ ਚੰਗਾ ਮੈਂ ਚੱਲਦਾ ਫਿਰ ਉਹ ਖਿਆਲ ਰੱਖੀ ਨਾਲੇ ਆਪਦਾ ਨਾਲੇ ਭਾਈ ਰੋਟੀ ਰਾਟੀ ਟਾਈਮ ਨਾਲ ਖਾ ਲਿਆ ਕਰ ਆਹ ਲੋਕਾਂ ਦੀਆਂ ਲੜਾਈਆਂ ਝਗੜਿਆਂ 'ਚ ਹੀ ਨਾ ਰਹਿ ਜੀ ਕਿਤੇ ਭੁੱਖਾ ਮਰ ਜੇ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਚੰਗਾ ਫਿਰ ਤੂੰ ਆ ਜੀ ਚੰਗਾ ਹਾਂ ਅੱਗੇ ਨਾ ਲਿੱਸਾ ਹੋ ਗਿਆ ਰਾਜ ਤੂੰ ਬਸ ਤੈਨੂੰ ਪਤਾ ਤੋਰੇ ਫੇਰੇ ਵਾਲਾ ਹੈਗਾ ਤੈਨੂੰ ਲਿਆ ਕੇ ਦੇਊਂਗਾ 5 ਕਿਲੋ ਘਿਓ ਮੈਂ ਚੰਗਾ ਚੰਗਾ ਹਾਂ ਜਾਊਂ ਆੜਤੀਆਂ ਦੇ ਚੰਗਾ ਠੀਕ ਹੈ ਚੰਗਾ ਚੰਗਾ ਫਿਰ
ਲੈ ਦੇਖ ਲੈ ਭਰਾ ਤਾਂ ਭਰਾ ਹੀ ਹੁੰਦਾ। ਵਾਹ ਵਾਹ ਜੱਟਾ, ਆਹ ਤੇਰੇ ਚਿੱਟੇ ਕੱਪੜੇ ਦੇਖ ਕੇ ਸੱਚੀ ਮਨ ਭਰਿਆ ਆਉਂਦਾ ਯਾਰ। ਚੱਲ ਸ਼ੁਕਰ ਆ ਵਾਹਿਗੁਰੂ ਦਾ। ਹੋਰ ਬਾਈ ਹਰਜੀਤ, ਫਸਲ ਵਾੜੀ ਵੱਢ ਲਈ ਤੁਸੀਂ? ਹਾਂ ਬਾਈ, ਸਾਰੀ ਕਣਕ ਵੱਢ ਲਈ, ਅਸੀਂ ਤਾਂ ਸਾਰੀ ਸ਼ੈਲਦਰ ਸਿੱਟਤੀ, ਵੇਚ ਵੀਤੀ ਸਾਰੀ। ਬੜੇ ਤੇਜ਼ ਹੋ ਯਾਰ ਤੁਸੀਂ ਤਾਂ। ਹੋਰ ਬਾਈ, ਸਾਡੇ ਫਿਰ ਆੜਤੀ ਸ਼ੈਲਦਰ ਆ, ਉਹ ਕਹਿੰਦਾ ਸਿੱਧੀ ਇੱਥੇ ਹੀ ਲਿਆਓ, ਨਾਲੇ ਬਾਈ ਸਾਡੇ ਫਿਰ ਤੁਹਾਨੂੰ ਪਤਾ ਗੇਤੀ ਆ ਜਾਂਦੀ 5-10 ਦਿਨ। ਹਾਂ ਤੇ ਤੁਸੀਂ ਵੱਢ ਲਈ? ਬਸ ਅੱਜ ਲੱਗੂਗੀ ਸਾਡੇ ਕੰਪਾਇਨ। ਮੈਂ ਤੈਨੂੰ ਐਂ ਕਹਿੰਦਾ ਸੀਗਾ, ਹੱਥ ਨੇ ਭਾਈ ਬੰਦਿਆਂ ਦੀ ਰੋਟੀ ਰੁਟੀ ਬਣਾ ਦਿਓ ਤੁਸੀਂ। ਕੋਈ ਨਹੀਂ, ਰੋਟੀ ਬਣਾਈ ਜਾਂਦੇ ਹਾਂ ਸਾਰਾ ਦਿਨ, ਪਹਿਲਾਂ ਵੀ ਆਏ ਹੋਏ ਸੀ ਬੰਦੇ ਪੰਚਾਇਤ ਵਾਲੇ, 18 ਨੂੰ ਉਹਨਾਂ ਨੂੰ ਖਵਾ ਕੇ ਹਟਿਆ ਲੰਗਰ। ਫਿਰ ਕੀ ਹੋ ਗਿਆ, ਕੰਮ ਹੈ ਤੁਹਾਡਾ, ਇਹੀ ਕਰਨਾ ਤੁਸੀਂ? ਕੋਈ ਨਾ ਪੁੱਤ, ਦਿਨੇ ਵੀ ਮੈਨੂੰ ਇਹੀ ਸਮਝਾ ਕੇ ਹੱਟੀਆਂ ਕਮਲੀ ਜੀ ਨੂੰ, ਮੈਂ ਆਖਿਆ ਇੰਨਾ ਨਾ ਕਵਰ ਆਇਆ ਕਰ, ਕਰਮ ਵਾਲਿਆਂ ਦੇ ਘਰੇ ਰੋਟੀ ਟੁੱਕ ਬਣਦਾ ਹੁੰਦਾ ਪੁੱਤ। ਕੋਈ ਨਹੀਂ ਭਾਬੀ, ਅੱਜ ਤਾਂ ਮੈਂ ਆਈ ਹਾਂ, ਆਪਾਂ ਇਕੱਠੇ ਬਣਾ ਦਾਂਗੇ, ਮਿੰਟ ਵੀ ਨਹੀਂ ਲੱਗਣਾ। ਉਹ ਤੇਰਾ ਤਾਂ ਨਹੀਂ ਲਾਹਾ ਤੱਕਣਾ ਮੈਂ, ਸਾਡੇ ਤਾਂ ਰੋਜ਼ ਦੇ ਹੀ ਕੰਮ ਆ ਗਾ, 10 ਆ ਗਏ 10 ਵੱਗ ਗਏ। ਚੱਲ ਚੰਗਾ ਚੁੱਪ ਕਰ ਕੁੜੀਏ। ਹਾਂ ਬਾਈ, ਤੂੰ ਠੀਕ ਹੈ? ਹਾਂ ਹਾਂ ਬਾਈ, ਮੈਂ ਤਾਂ ਵਧੀਆ, ਤੁਸੀਂ ਦੱਸੋ ਆਪਣਾ ਕੰਮ ਕਾਰ ਵਧੀਆ ਚੱਲ ਰਿਹਾ? ਭੈਣੇ ਸਾਰਾ, ਤੇ ਤੂੰ ਐਂ ਦੱਸ ਵੱਡੇ ਬਾਈ ਕੇ ਜਾਏ ਸੀਗੀ? ਨਾ ਵੀਰੇ, ਮੈਂ ਤਾਂ ਪਹਿਲਾਂ ਇੱਧਰ ਆਈ ਹਾਂ, ਤੁਹਾਡੇ ਤੋਂ ਬਾਅਦ ਜਾਊਂਗੀ ਵੱਡੇ ਬਾਈ ਕੇ। ਅੱਛਾ, ਤਾਂ ਹੀ ਫਿਰ ਮੈਨੂੰ ਮਿਲਿਆ ਸੀ ਕਰਮਾ ਰਾਹ ਦੇ ਵਿੱਚ, ਉਹਨੇ ਮੈਨੂੰ ਦੱਸਿਆ ਹੀ ਨਹੀਂ ਹੈਗਾ, ਨਹੀਂ ਤਾਂ ਫਿਰ ਉਹ ਦੱਸ ਦਿੰਦਾ ਮੈਨੂੰ। ਹਾਂ ਅੱਛਾ ਅੱਛਾ, ਵੱਡਾ ਬਾਈ ਮਿਲਿਆ ਸੀ, ਜੱਫੀਆਂ ਹੀ ਪਾਈਆਂ ਹੋਣਗੀਆਂ ਫਿਰ ਤਾਂ ਮਿਲ ਕੇ। ਕਿਉਂ, ਫਿਰ ਕੀ ਹੋ ਗਿਆ, ਮੇਰਾ ਭਰਾ ਹੈ ਜੇ ਮੈਨੂੰ ਮਿਲ ਗਿਆ? ਕਿਉਂ ਕੀ ਗੱਲ, ਉਹਦੀ ਤੀਵੀਂ 100-100 ਗੱਲਾਂ ਬੋਲ ਕੇ ਗਈ ਹੈ ਘਰੇ ਆ ਕੇ, ਵੱਡੀ ਸਰਪੰਚ ਨਹੀਂ ਬਣੀ ਰਹਿੰਦੀ ਫਲਾਨਾ ਤੇ ਬੜਾ, ਮੈਂ ਤਾਂ ਨਹਾਈ ਜਾਂਦੀ ਸੀ, ਮੈਨੂੰ ਸਾਰੀਆਂ ਗੱਲਾਂ ਸੁਣੀ ਜਾਂਦੀਆਂ ਸੀ, ਪੁੱਛ ਮਾਂ ਨੂੰ। ਅਸੀਂ ਦੋਨੇ ਭਰਾ ਅੱਡ ਵੀ ਹੋ ਗਏ, ਪਰ ਤੁਹਾਡਾ ਨਾ ਹਾਂ ਚੀ ਚੀ ਚੈ ਚੈ ਇਹ ਨਹੀਂ ਮੁੱਕ ਸਕਦੀ। ਕਿਉਂ ਮੁਕਾਉਂਦਾ ਕੌਣ ਨਹੀਂ, ਵੱਡੀ ਨਹੀਂ ਮੁਕਾਉਂਦੀ, ਇੱਥੇ ਕੀ ਡੋਕੇ ਲੈਣ ਆਉਂਦੀ ਹੈਗੀ, ਉਹ ਤੀਜੇ ਦਿਨ ਮੂੰਹ ਚੱਕ ਕੇ ਆ ਜਾਂਦੀ ਹੈ, ਮਾਂ ਨੂੰ 100-100 ਗੱਲਾਂ ਬੋਲਦੀ ਹੈ ਤੇ 100-100 ਮੈਨੂੰ ਬੋਲਦੀ ਹੈ, ਤੁਸੀਂ ਅਗਲੇ ਨੂੰ ਜੱਫੀਆਂ ਪਾਓ ਕੀ ਗੱਲ, ਫਿਰ ਅਗਲੇ ਤੋਂ ਤਾਂ ਮੈਨੂੰ ਟਿੱਚਰਾਂ ਕਰਾਉਂਦੇ ਹੋ ਤੁਸੀਂ। ਕੋਈ ਨਾ ਪੁੱਤ, ਇੰਨਾ ਕਿਉਂ ਘਬਰਾਉਂਦੀ ਹੈ, ਜੋ ਤੂੰ ਹੈ ਬੋਲਦੀ ਆ ਫਿਰ ਉਹਦੇ ਤੇ ਤੇਰੇ ਚ ਫਰਕ ਕੀ ਰਹਿ ਗਿਆ, ਨਾਲੇ ਉਹਦਾ ਦਿਮਾਗ ਕੀ ਇੰਨਾ ਕਹਿ ਬੋਲੀ ਜਾਣ ਦੇ। ਮਾਂ ਮੈਂ ਕਿਹੜਾ ਉਹਦੇ ਨਾਲ ਬੋਲਦੀ ਆ, ਫਿਰ ਆਪਦੇ ਬੰਦੇ ਨੂੰ ਤਾਂ ਮੈਂ ਕਹੀ ਸਕਦੀ ਆ, ਜਦੋਂ ਉਹਦਾ ਬੰਦਾ ਉਹਦੇ ਹੱਥ ਚ ਹੈਗਾ, ਇਹ ਫਿਰ ਮੇਰੀ ਗੱਲ ਇੱਕ ਵੀ ਨਹੀਂ ਮੰਨਦਾ ਹੈਗਾ। ਚੱਲ ਕੋਈ ਨਹੀਂ, ਫਿਰ ਆਇਆ ਗਿਆ ਵੀ ਦੇਖ ਲਿਆ ਕਰ, ਭੈਣ ਘਰੇ ਆਈ ਹੈ, ਬੋਲਦੀ ਚੰਗੀ ਲੱਗਦੀ ਹੈ, ਨਾਲੇ ਮੈਂ ਕਿਹੜਾ ਉਹਨੂੰ ਜੱਫੀਆਂ ਪਾ ਕੇ ਆਇਆ, ਜਿਵੇਂ ਆਮ ਲੋਕ ਮਿਲਦੇ ਆ ਉਹਨੂੰ ਮਿਲ ਲਿਆ ਮੈਂ। ਕੋਈ ਗੱਲ ਨਹੀਂ, ਭੈਣ ਨੂੰ ਸਾਰੀਆਂ ਗੱਲਾਂ ਦਾ ਪਤਾ, ਇੱਥੋਂ ਹੀ ਗਈ ਹੈਗੀ ਤੁਹਾਡੀ ਭੈਣ। ਚੱਲ ਕੋਈ ਨਹੀਂ ਭਾਬੀ, ਤੂੰ ਕਾਹਨੂੰ ਐਂ ਬੋਲਦੀ ਆ, ਵੱਡੀ ਭਾਬੀ ਦਾ ਤਾਂ ਸੁਭਾਅ ਹੈ, ਉਹ ਕੌੜਾ ਬੋਲ ਜਾਂਦੀ ਹੈ, ਦਿਲ 'ਚ ਉਹਦੇ ਵੀ ਕੁਛ ਨਹੀਂ ਹੈਗਾ। ਹਾਂ ਭਾਈ, ਦਿਲ ਤਾਂ ਮੇਰੇ ਹੀ ਖੋਟਾ, ਸਾਰਿਆਂ ਦੇ ਚੰਗੇ ਨੇ। ਉਹ ਨਹੀਂ ਭਾਬੀ, ਇਹੋ ਜਿਹੀ ਕੋਈ ਗੱਲ ਨਹੀਂ, ਦੇਖ ਮੈਂ ਆਈ ਹਾਂ, ਹੁਣ ਤੂੰ ਐਂ ਮੂੰਹ ਨਾ ਫੁਲਾ, ਆਪਾਂ ਤਾਂ ਇੰਨੀਆਂ ਗੱਲਾਂ ਮਾਰਨੀਆਂ ਸੀ। ਉਹ ਗੱਲਾਂ ਕਾਹਨੂੰ ਮਾਰ ਦਿੰਦਾ, ਆਹ ਤੇਰੇ ਵੀਰੇ ਤੋਂ ਨਹੀਂ ਆਉਂਦੀ ਸਰਪੰਚੀ ਲੋਟ, ਸਾਰਾ ਦਿਨ ਇਹੀ ਮਾਰਲੇ ਗੱਲਾਂ ਥੋੜ੍ਹਾ, ਫਿਰ ਬੰਦੇ ਦਾ ਬਲੱਡ ਵਧਾਉਣਾ, ਸਾਰਾ ਦਿਨ ਤਾਂ ਘੱਟਾ ਢੋਈ ਜਾਓ, ਇਸ ਘਰ ਦਾ ਸਾਰਾ ਦਿਨ ਘੱਟਾ ਢੋਈ ਜਾਓ। ਅੱਖ ਨੇ ਸੁਣੋ, ਬਾਈ ਜੀ ਬਾਈ ਜੀ ਬਾਈ ਜੀ, ਪਤਾ ਨਹੀਂ ਕੀ ਆ ਬਾਈ 'ਚ। ਚੱਲ ਕੋਈ ਨਾ, ਇਹ ਕਿਹੜਾ ਉਹਨੂੰ ਘਰੋਂ ਸੱਦਣ ਗਿਆ ਹੈਗਾ, ਐਂ ਕਾਹਤੋਂ ਕਰਦੀ ਹੁੰਦੀ ਆ ਪੁੱਤ। ਐਂ ਕਰੋ ਹੁਣ, ਨਾਲ ਲੈ ਜਾਓ ਦੋਵਾਂ ਜਾਣੇ ਨੂੰ, ਵੱਡੇ ਬਾਈ ਕੇ ਘਰੇ ਤੁਸੀਂ ਵਗ ਜਾਓ ਨਾਲ ਲੈ ਕੇ। ਕਿਉਂ ਫਿਰ ਮੈਨੂੰ ਕਿਹੜਾ ਉੱਥੇ ਜਿੰਦਾ ਲੱਗਿਆ ਹੈਗਾ, ਜਾ ਸਕਦਾ ਹੈਗਾ, ਮੇਰਾ ਭਰਾ ਹੈ ਉਹ। ਉੱਥੇ ਰਹਿ ਵੀ, ਫਿਰ ਆਹ ਘਰੇ ਤਾਂ ਲੱਗ ਜੂ ਜਿੰਦਾ। ਓਹੋ ਭਾਬੀ, ਦੋਨੇ ਭਰਾਵਾਂ 'ਚ ਕਾਹਦਾ ਫਰਕ ਆਗਾ, ਹੁਣ ਵੱਡੀ ਭਾਬੀ ਕਰਕੇ ਤੂੰ ਕਿਉਂ ਇਹਨਾਂ ਨੂੰ ਲੜਾਈ ਜਾਂਦੀ ਆ? ਚੱਲ ਚੱਲ ਭਾਈ, ਨਹੀਂ ਲੜਦੀ। ਚੱਲ ਰਾਜ ਹੈ, ਮੇਰੀ ਗੱਲ ਸੁਣ ਪੁੱਤ, ਉਹਨੂੰ ਐਂ ਕਹਿ ਦਿਆ ਕਰ, ਕਹਿੰਦੇ ਬਾਈ ਮੈਨੂੰ ਤਾਂ ਬੁਲਾਇਆ ਨਾ, ਤੈਨੂੰ ਦਵਾ ਦੂ ਉਹ। ਚਲ ਹੈ ਕਰ ਲਓ ਫਿਰ, ਸਾਨੂੰ 20 ਕਿਲੋ ਬੀਜ ਦਵਾ ਦਿਓ ਫਿਰ। ਕੋਈ ਗੱਲ ਨਹੀਂ ਭਾਈ, ਫਿਕਰ ਕਰ ਲਓ, ਅਸੀਂ ਲੈ ਜਾਾਂਗੇ। ਹਾਂ ਹਾਂ,
ਤੇ ਮੈਂ ਇਹ ਕਹਿੰਦੀ ਸੀ ਆਪਾਂ ਬਾਈ ਕੇ ਵੀ ਜਾ ਜਾਂਦੇ, ਫਿਰ ਅਸੀਂ ਸ਼ਾਮ ਨੂੰ ਜਾਣਾ ਸੀ ਨਾ ਵੀਰੇ। ਕਿਉਂ ਬਾਈ ਕੀ ਗੱਲ ਰਹਿੰਦੇ ਨਹੀਂ ਅੱਜ ਤੁਸੀਂ? ਫਿਰ ਬਾਈ ਤੈਨੂੰ ਪਤਾ ਹੈ ਨਾ ਕੰਮ ਧੰਦੇ ਦਾ ਔਖਾ ਗਾ, ਬਾਹਣ ਬੁਹਣ ਬਾਉਣਾ ਗਾ, ਚਲਾ ਰੌਣੀ ਰੂਣ ਕਰਨਾ, ਫਿਰ ਮੂੰਗੀ ਦਾ ਵੀ ਤਿਆਰ ਕਰਨਾ ਮੂਰੇ। ਇੰਨੇ ਟਾਈਮ ਬਾਅਦ ਬਾਈ ਤੁਸੀਂ ਆਏ ਹੋ, ਅੱਜ ਦੀ ਰਾਤ ਤਾਂ ਰਹਿ ਕੇ ਜਾਂਦੇ, ਕੋਈ ਗੱਲ ਨਹੀਂ ਤੁਸੀਂ ਬਾਈ ਕੇ ਜਾਇਓ ਤੇ ਆਥ ਨੇ ਫਿਰ ਤੁਸੀਂ ਇੱਧਰ ਹੀ ਰਹੋ। ਹਾਂ ਇਹ ਗੱਲ ਹੈ, ਉਹਨਾਂ ਦੇ ਘਰੇ ਬਸ 10 ਮਿੰਟ ਹੀ ਖੜੇ ਹੋ, ਬਾਹਲਾ ਟਾਈਮ ਨਾ ਖੜੇ, ਉਦੀ ਬਸ ਗੇੜਾ ਜਿਹਾ ਦੇ ਕੇ ਫਾਰਮੈਲਿਟੀ ਕਰਕੇ ਘਰੇ ਆ ਜਾਓ ਬਸ, ਇੱਥੇ ਮੈਂ ਰੋਟੀ ਬਣਾਉਣੀ ਇੱਥੇ ਖਾਊਂਗੀ। ਚੱਲ ਚੰਗਾ ਭਾਬੀ, ਤੇਰੇ ਹੱਥ ਦੀ ਰੋਟੀ ਖਾਊਂਗੀ ਕੋਈ ਵੀ। ਚੱਲ ਠੀਕ ਆ। ਕੁੜੀ ਤੇ ਵੀ ਪਾਬੰਦੀਆਂ ਲਾਈ ਜਾਂਦੀਆਂ, ਜਿੱਧਰ ਉਹਦਾ ਦਿਲ ਕਰਦਾ ਉਧਰ ਬਹਿ ਜੂਗੀ, ਉਹ ਉਧਰ ਰਹਿ ਪਊਗੀ, ਕਿਉਂ ਐਂ ਕਰਦੀ ਹੁੰਦੀ ਆ ਤੂੰ? ਚੱਲ ਕੋਈ ਨੀ ਵੀਰੇ, ਮੇਰੀ ਗੱਲ ਸੁਣ, ਤੂੰ ਆਇਆ ਗਿਆ ਦੇਖਦੀ ਨਹੀਂ ਹੁੰਦੀ, ਤੈਨੂੰ ਐਂ ਨਹੀਂ ਪਤਾ ਲੱਗਦਾ ਹੈਗਾ ਵੀ ਤੂੰ ਉਹਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਆ? ਪ੍ਰਾਹੁਣਾ ਸਾਡਾ ਉਹ, ਤੇ ਮੈਂ ਆ ਇਸ ਪਿੰਡ ਦਾ ਸਰਪੰਚ, ਅਗਲਾ ਕੀ ਕਹੂਗਾ ਵੀ ਇਹਦੀ ਕਾਹਦੀ ਇੱਜ਼ਤ ਆ, ਘਰੇ ਤਾਂ ਇਹਨੂੰ ਪੁੱਛਦਾ ਨਹੀਂ ਕੋਈ। ਮੇਰੀ ਗੱਲ ਸੁਣ ਲਓ, ਇੱਕ ਸਰਪੰਚ ਹੋਊਗੇ ਪਿੰਡ ਦੇ, ਤੇਰੇ ਤੇ ਤਾਂ ਸਰਪੰਚ ਨਹੀਂ ਮੈਂ ਆ, ਲੋਕਾਂ ਦੇ ਕਲੇਸ਼ ਤਾਂ ਨਿਬੇੜ ਲੈਣਾ, ਤੇਰਾ ਕਲੇਸ਼ ਨਿਬੇੜਨ ਨਹੀਂ ਕਿਸੇ ਨੇ ਆਉਣਾ। ਮੈਂ ਕਹਿੰਦਾ ਤੇਰੇ ਛਿੱਤਰ ਰਲੇ ਨੇ, ਤੂੰ ਬੋਲਦੀ ਕਿਹੜੇ ਤਰੀਕੇ ਨਾਲ ਆ ਯਾਰ, ਤੈਨੂੰ ਹੁੰਦਾ ਕੀ ਜਾਂਦਾ ਦਿਨੋਂ ਦਿਨ? ਕੋਈ ਨਾ ਫਿਰ ਮਾਰ ਕੇ ਦੇਖ ਨਾ, ਲੱਗ ਜੂਗਾ ਪਤਾ ਨਾਲੇ ਸਰਪੰਚੀ ਦਾ। ਤੈਨੂੰ ਮਾੜੀ ਮੋਟੀ ਸ਼ਰਮ ਹੈਗੀ ਹੈ? ਫਿਰ ਕੀ ਹੋ ਗਿਆ ਜੇ ਮੈਂ ਉਹਦੇ ਭਰਾ ਨੂੰ ਮਾੜਾ ਮੋਟਾ ਮਿਲ ਲਿਆ, ਤੂੰ ਸੀ ਉਈ ਐਵੇਂ ਬਿਨਾਂ ਮਤਲਬ ਤੋਂ ਸਿਰ 'ਤੇ ਚੱਕ ਲੈਣੀ ਉਹ ਗੱਲ ਨੂੰ? ਭਰਾ ਤਾਂ ਭਰਾ ਸਮਝਦਾ ਨਾ ਤੈਨੂੰ, ਤੇਰੀ ਭਰਜਾਈ ਤਾਂ ਰੋਜ਼ ਆ ਫੁੱਲ ਪਾ ਕੇ ਜਾਂਦੀ ਹੈ, ਤੁਸੀਂ ਭਰਾ 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 ਰੱਟੀਏ, ਫਿਰ ਭਰਾ ਦੇ ਘਰੇ ਰਹਿ ਪਾ ਜਾ ਕੇ। ਭਰਾ ਦੇ ਘਰੇ ਰਹਿਣ ਵਾਲੀ ਗੱਲ ਨਹੀਂ, ਜਦੋਂ ਰਸਤੇ 'ਚ ਮਿਲਿਆ ਨਾ ਮੈਨੂੰ, ਰੋਣ ਲੱਗ ਗਿਆ ਉਹ ਵਿਚਾਰਾ, ਭਰਾ ਤਾਂ ਭਰਾ ਹੀ ਹੁੰਦਾ, ਫਿਰ ਆ ਜਿਹੜੀਆਂ ਤੀਮੀਆਂ ਹੁੰਦੀਆਂ ਨਾ ਆਹੀ ਫਰਕ ਪਾਉਂਦੀਆਂ ਹੁੰਦੀਆਂ ਗੱਲਾਂ। ਮੇਰੀ ਗੱਲ ਸੁਣ ਲਓ, ਨਾ ਤਾਂ ਉਹਨਾਂ ਜਿੰਨੇ ਢੰਗਵੀਂ ਆ ਬੀਬੀ ਜਿੰਨੇ ਮੈਨੂੰ ਆਉਂਦੇ ਨੇ, ਨਾ ਮੈਂ ਕਰਾਂ, ਮੈਂ ਤਾਂ ਜਿਹੜੀ ਗੱਲ ਆ ਮੂੰਹ 'ਤੇ ਕਹਿਣੀ ਆ, ਚਾਹੇ ਉਹ ਕੌੜੀ ਲੱਗੇ ਚਾਹੇ ਉਹ ਲੱਗੇ ਸੱਚੀ। ਉਹ ਫਿਰ ਯਾਰ ਭਰਜਾਈ ਆ ਉਹ ਕਰਦੀ ਹੋਊਗੀ, ਮੇਰਾ ਭਰਾ ਤਾਂ ਨਹੀਂ ਕਰਦਾ। ਉਹ ਤੇਰਾ ਭਰਾ ਵੀ ਘੱਟ ਨਹੀਂ, ਉਹ ਮੋਮੋ ਠਾਗਣਾ ਗਾ ਤੇਰੇ ਕੋਲੇ ਕੱਢ ਕੇ ਦੋ ਹੰਝੂ ਦਿਖਾਉਣ ਦਾ, ਕਾਹਦੀ ਖਾਤਰ ਰੋਂਦਾ, ਕੀ ਗੱਲ ਕੀ ਉਹਦੀ ਕੁੜੀ ਮਰ ਗਈ? ਉਹ ਯਾਰ ਕਮਾਲ ਹੈ ਤੇਰੀ, ਕਿਵੇਂ ਬੋਲਦੀ, ਮੈਂ ਛਿੱਤਰ ਮਾਰੂ ਮੂੰਹ ਤੇ? ਮਾਰੇਗਾ ਛਿੱਤਰ? ਤੇ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ, ਫਿਰ ਕੀ ਕਹੀ ਜਾਣੀ ਉਦੋਂ? ਨਹੀਂ ਹੈਗੀ ਅਕਲ ਮੈਨੂੰ ਤਾਂ, ਅਕਲ ਜੇ ਤੁਹਾਡੇ ਟੱਬਰ ਨੂੰ ਹੋਵੇ ਤਾਂ ਮੈਨੂੰ ਹੋਵੇ। ਉਹ ਯਾਰ ਜਾ, ਤੈਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਕਰ ਲੈ ਕੰਮ ਆਪਦਾ। ਕਰੀ ਜਾਂਦੀ ਆ ਮੈਂ ਤਾਂ, ਲੈ ਇਹੀ ਚੰਬਲੀ ਜਾਂਦਾ, ਐਂ ਕੰਨ ਭਰ ਭਰ ਤੋਰ ਦਿੰਦੇ ਆ, ਹਜੇ ਅਖੇ ਮੇਰਾ ਭਰਾ ਭਰਾ ਮਿਲ ਗਿਆ, ਹੰਝੂ ਦਿਖਾ ਗਿਆ ਪਖੰਡੀ ਕਿਸੇ ਥਾਂ ਦਾ। ਚੱਲ ਚਰੀ ਤਾਂ ਰਮ ਗਈ, ਆ ਰਹਿ ਗਿਆ ਮੱਥਾ ਜਿਹਾ ਬਸ, ਹੁਣ ਮੱਥਾ ਜਿਹਾ ਰਮ ਜੇ ਫਿਰ ਚੱਲਦਿਆਂ ਘਰੇ। ਆ ਕਿਹਦਾ ਆ ਗਿਆ? ਹੈਲੋ, ਹਾਂ ਉਹ ਕੁਛ ਨਹੀਂ, ਮੈਂ ਤਾਂ ਚਰੀ ਰਮਾਈ ਜਾਂਦਾ। ਅੱਛਾ ਲੈ, ਉਹ ਚੱਲ ਆਉਣਾ ਕੋਈ ਨਾ ਮੈਂ। ਆਹੋ ਤੂੰ ਚਾਹ ਚੂ ਪਿਆ, ਮਸਾਂ ਮਸਾਂ ਤਾਂ ਸਾਡੀ ਕੁੜੀ ਆਈ ਹੈ। ਉਹ ਚੱਲ ਤੂੰ ਸਾਰਾ ਦਿਨ ਐਵੇਂ ਮੱਚਿਆ ਨਾ ਕਰ ਬਿਨਾਂ ਗੱਲ ਤੋਂ, ਜਦੋਂ ਤੂੰ ਸਾਡੇ ਪਰਿਵਾਰ ਦਾ ਕੋਈ ਬੰਦਾ ਦੇਖਦਾ ਨਹੀਂ ਆ, ਪਤਾ ਨਹੀਂ ਮਾਂ ਦੀ ਧੀਏ ਤੈਨੂੰ ਕੀ ਜ਼ਹਿਰ ਚੜ੍ਹ ਜਾਂਦੀ ਹੈ, ਉਈਂ ਲੱਗ ਜਾਣੀ ਆ ਬੋਲਣ। ਬਸ ਮੈਂ ਤੁਰਦਾ ਗਾ, ਥੋੜ੍ਹਾ ਮੱਥਾ ਜਿਹਾ ਰਹਿ ਗਿਆ, ਬਸ 15 ਕੁ ਮਿੰਟਾਂ 'ਚ ਆਉਣਾ ਮੈਂ। ਦੇਖ ਮੇਰੇ ਸਾਲੇ ਦੀ ਕਿਵੇਂ ਮੱਚਦੀ ਆ ਓਏ। ਚੱਲ ਚੰਗਾ, ਤੇਰੇ ਕੋਲ ਤਾਂ ਕੋਈ ਕੰਮ ਦੀ ਗੱਲ ਹੁੰਦੀ ਨਹੀਂ ਮਾਂ ਦੀ ਧੀਏ, ਲੜਾਈ ਤੋਂ ਬਿਨਾ। ਚੱਲ ਓਏ ਸ਼ੁਕਰ ਆ, ਮੇਰੀ ਭੈਣ ਆਈ ਆ, ਅੱਜ ਮਿਲਦੇ ਆ ਮੇਰੀ ਭੈਣ ਨੂੰ। ਅੱਜ ਤਾਂ ਕੋਈ ਦੇਣੀ ਕਰਮ ਵਾਲਾ ਚੜ੍ਹਿਆ, ਪਹਿਲਾਂ ਬਾਈ ਮਿਲ ਗਿਆ, ਸਰਪੰਚ ਸਾਡਾ ਛੋਟਾ, ਹੁਣ ਚੱਲ ਇਹ ਆ ਗਈ। ਚੱਲ ਓ ਹੋਰ ਭਾਈ, ਘਰੇ ਠੀਕ ਆ ਸਾਰੇ ਤੁਹਾਡੇ? ਸਾਰੇ ਵਧੀਆ ਵੀਰੇ, ਤੁਸੀਂ ਦੱਸੋ? ਬਸ ਵਧੀਆ, ਮੈਂ ਤਾਂ ਸੌਂ ਲੱਗੇ,
ਜਦੋਂ ਮੈਨੂੰ ਆ ਡੱਡੂ ਜਿਹਾ ਵੱਜਿਆ ਨਾ ਫੋਨ, ਮੈਂ ਤਾਂ ਉਹਦੀ ਭੱਜਿਆ ਆਇਆ। ਮੇਰੇ ਤਾਂ ਸਹੁੰ ਲੱਗੇ, ਮੈਂ ਤਾਂ ਭੱਜ ਕੇ ਆਇਆ, ਮੇਰਾ ਤਾਂ ਸਾਹ ਚੜਿਆ ਪਿਆ। ਮੈਂ ਕਿਹਾ ਮਰ ਜਾਣੀ ਮਸਾਂ ਆਈ ਹੈ। ਭੱਜਣ ਵਾਲੀ ਕੀ ਗੱਲ ਸੀ, ਇੱਥੇ ਆ ਮੈਂ ਤੁਹਾਨੂੰ ਮਿਲ ਕੇ ਜਾਂਦੀ। ਅੱਗੇ ਹੈ ਦੇਖ, ਅੱਗੇ ਭੱਜਣ ਵਾਲੀ ਕੀ ਗੱਲ ਸੀ, ਚੱਲ ਛੱਡ ਪਰੇ, ਤੂੰ ਐਂ ਦੱਸ ਪ੍ਰਾਹੁਣਾ ਨਹੀਂ ਆਇਆ? ਉਹ ਨਾ ਬੀ ਲੈਣ ਗਏ ਨੇ ਰਾਜਬਾਈ ਨਾਲ, ਮੂੰਗੀ ਦਾ ਮੂੰਗੀ ਬੀਜਣੀ ਸੀ ਨਾ ਆਪਾਂ, ਤਾਂ ਕਰਕੇ। ਹਾਂ ਲੈ ਦੇਖ ਲੈ, ਉਹੀ ਗੱਲ, ਰਾਜ ਤਾਂ ਕਦੇ ਖੇਤ ਜਾ ਕੇ ਨਹੀਂ ਵੜਿਆ ਹੈਗਾ, ਉਹਨੂੰ ਬੀ ਦਾ ਕੀ ਪਤਾ, ਤੇਰੇ ਵੀਰੇ ਨੂੰ ਲੈ ਜਾਂਦਾ ਨਾਲ। ਕਮਾਲ ਦੀ ਗੱਲ ਕਰਦੀ ਆ ਤੂੰ, ਫੇਰ ਕੀ ਹੋ ਗਿਆ, ਮੈਂ ਬਾਗਿਆ ਕਿ ਰਾਜ ਬਾਗਿਆ, ਇੱਕੋ ਹੀ ਗੱਲ ਹੈ, ਕੋਈ ਫਰਕ ਆ ਸਾਡੇ ਚ? ਬਈ ਮੈਂ ਤਾਂ ਊ ਕਹਿੰਦੀ ਹੈਗੀ, ਉਹ ਤਾਂ ਤੈਨੂੰ ਪਤਾ ਲੀਡਰ ਪੁਣੇ ਚ ਵੜਿਆ ਫਿਰਦਾ, ਉਹਨੂੰ ਕਿੱਥੇ ਬੀਆਂ ਬੂਆਂ ਦਾ ਪਤਾ, ਖੇਤ ਕਦੀ ਵੜਿਆ ਹੈਗਾ, ਤਾਂ ਕਹਿੰਦੇ ਆ ਵੀ ਪ੍ਰਾਹੁਣਾ ਤੈਨੂੰ ਲੈ ਜਾਂਦਾ ਨਾਲ। ਜੇ ਉਹ ਲੀਡਰੀ ਚ ਵੜਿਆ ਨਾ, ਜੇ ਸਰਪੰਚ ਬਣਿਆ ਤਾਂ ਪਿੰਡ ਚ ਤੇਰੀ ਵੀ ਉੱਡੀ ਚੜਾਈ ਆ, ਅਗਲਾ ਕਹਿੰਦਾ ਹੋ ਜਾਂਦੀ ਆ ਸਰਪੰਚ ਦੀ ਭਰਜਾਈ। ਚੱਲ ਚੰਗਾ, ਮੈਨੂੰ ਕੁੜੀ ਨਾਲ ਗੱਲ ਕਰ ਲੈਂਦੇ, ਚੱਲ ਵਧੀਆ ਹੋ ਗਿਆ ਅੰਜਲੀ ਤੂੰ ਆ ਗਈ, ਮੈਨੂੰ ਤਾਂ ਐਂ ਸੀ ਕੋਈ ਤਾਂ ਤੇਰੀ ਛੋਟੀ ਭਰਜਾਈ ਇੱਧਰ ਆਉਣੀ ਨਾ ਦਵੇ ਸਾਡੇ ਕਿੰਨੀ। ਨਹੀਂ ਨਹੀਂ ਭਾਬੀ, ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ, ਮੈਂ ਤਾਂ ਉਹਨਾਂ ਨੂੰ ਕਹਿ ਗਈ ਹੈ ਮੈਂ ਵੱਡੀ ਭਾਬੀ ਕੋਲ ਜਾ ਕੇ ਆਉਣਾਗਾ, ਅਤੇ ਉੱਧਰ ਮਾਂ ਕਰਕੇ ਮੈਨੂੰ ਪਹਿਲਾਂ ਜਾਣਾ ਪੈਂਦਾ, ਤੁਹਾਨੂੰ ਪਤਾ ਫਿਰ ਮਾਂ ਨੂੰ ਐਂ ਲੱਗਦਾ ਵੀ ਹਾਂ ਹਾਂ ਪਹਿਲਾਂ ਮੇਰੇ ਕੋਲ ਕਿਉਂ ਨਹੀਂ ਆਈ। ਲੈ ਦੇਖ ਲੈ, ਮਾਂ ਤਾਂ ਕੁੜੇ ਤੇਰੀ ਹੋਈ ਹੈ, ਤੇਰੀ ਹੀ ਰਹੂਗੀ, ਫਿਰ ਕੀ ਸੀ, ਪਹਿਲਾਂ ਸਾਡਾ ਘਰ ਆਉਂਦਾ ਸੀ, ਸਾਡੇ ਕਿ ਨਹੀਂ ਆ ਜਾਂਦੀ, ਚਾਹ ਪਾਣੀ ਅਸੀਂ ਵੀ ਪਿਆ ਦਿੰਦੇ, ਫਿਰ ਉੱਧਰ ਵਗ ਜਾਂਦੀ। ਤੂੰ ਵੀ ਬਸ ਉਹੀ ਗੱਲ, ਫਿਰ ਵੱਡੇ ਭਰਾ ਕੰਨੀ ਆਉਂਦੀ ਨਹੀਂ ਹੈਗੀ ਵੀ ਗਰੀਬ ਹੈ, ਛੋਟੇ ਕੰਨੀ ਜਾਂਦੀ ਹਾਂ ਵੀ ਉਹ ਲੀਡਰ ਹੈ। ਉਹ ਨਹੀਂ ਨਹੀਂ ਭਾਬੀ, ਕਿਸੇ ਭੈਣ ਲਈ ਨਾ ਹੋਏਦਾ ਕੋਈ ਵੀ ਭਰਾ ਗਰੀਬ ਜਾਂ ਅਮੀਰ ਨਹੀਂ ਹੁੰਦਾ, ਨਾਲੇ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਮੇਰੇ ਲਈ ਤਾਂ ਮੇਰੇ ਦੋਨੋਂ ਭਰਾ ਹੀ ਬਰਾਬਰ ਨੇ। ਦੇਖ ਲੈ ਕਿਹੋ ਜਿਹੀਆਂ ਗੱਲਾਂ ਕਰਦੀਆਂ ਨਾ, ਤੂੰ ਵੀ ਰਾਜ ਨਾਲ ਦੀਆਂ ਗੱਲਾਂ ਕਰਦੀ ਹੈ, ਜਿਵੇਂ ਰਾਜ ਮਿੱਠੀਆਂ ਮਾਰਦਾ ਉਵੇਂ ਤੂੰ ਮਾਰਦੀਆਂ। ਕੋਈ ਨਾ ਭਾਈ, ਮਰਜ਼ੀ ਹੈ ਤੇਰੀ, ਮੇਰਾ ਤਾਂ ਕਹਿਣਾ ਫਰਜ਼ ਸੀ ਵੀ ਸਾਡਾ ਘਰ ਪਹਿਲਾਂ ਆਉਣਾ, ਅਸੀਂ ਵੱਡੇ ਹਾਂ, ਸਾਡੇ ਕਿ ਨਹੀਂ ਆਇਆ ਕਰ। ਫਰਜ਼ ਨੂੰ ਦੱਸ ਕਿ ਤੂੰ ਬਾਹਲੇ ਵੱਡੇ ਫਰਜ਼ ਨਿਭਾਉਣੀ ਆ, ਮੇਰੀ ਗੱਲ ਸੁਣ ਲਾ, ਉੱਧਰ ਵੀ ਆਪਣਾ ਹੀ ਘਰ ਆ, ਉੱਧਰ ਕੀ ਬਗਾਨੇ ਨੇ ਉਹ, ਜੇ ਫਿਰ ਕਿਉਂ ਹੈ ਜੇ ਕੁੜੀ ਉੱਧਰ ਵੱਗ ਗਈ। ਬਾਲਾ ਨਾ ਬੋਲਿਆ ਕਰ ਚੰਗਾ, ਤੂੰ ਚੁੱਪ ਰਿਹਾ ਕਰ, ਮੇਰੀ ਆਨੰਦ ਭਰਜਾਈ ਦੀ ਗੱਲ ਹੈ, ਤੈਨੂੰ ਕੀ ਮਤਲਬ ਹੈ ਬੋਲਣ ਦਾ? ਮਥੋਂ ਖੌਂਸਲੇ ਨਾ ਖਾਣੀ, ਕੁੜੀ ਦੇ ਗੱਲ 'ਚ ਪਾਣੀ ਡਾਤਾ ਤੈ, ਮੈਂ ਕਿ ਉੱਠ ਕੇ ਚਾਹ ਬਣਾ ਕੇ ਲੈ ਕੇ ਆ, ਉਹਨਾਂ ਦੀ ਕਿਵੇਂ ਬੋਲਦੀ ਆ ਸਾਰਾ ਦੇਣਾ। ਨਾ ਨਾ ਬਾਈ, ਕਾਹਨੂੰ ਕਾਹਨੂੰ ਕਰੇ ਕਲੇਸ਼ ਪਾਇਆ ਭਾਬੀ, ਮਸਾਂ ਤਾਂ ਮੈਂ ਆਈ ਹਾਂ ਤੁਹਾਡੇ ਨਾਲ ਗੱਲਾਂ ਮਾਰਨ, ਹੋਏ ਤੁਸੀਂ ਤਾਂ ਆਪਸ 'ਚ ਲੜੀ ਜਾਂਦੇ ਹੋ। ਇਹ ਤਾਂ ਭੈਣੇ ਥੋੜੀਆਂ ਸੀ, ਜੇ ਐਂ ਲੜਨ ਲੱਗ ਜੇ ਫਿਰ ਗੱਲਾਂ ਕਰਦੀਆਂ, ਮਸਾਂ ਮੈਂ ਤੂੰ ਆਈ ਹਾਂ, ਇਹ ਤਾਂ ਉਈ ਚੋਚਲੇ ਮੋਚਲੇ ਕਰਦੀ ਰਹਿੰਦੀ ਆ ਸਾਰਾ ਦਿਨ, ਉਹ ਫਿਰ ਚਾਰ ਕਹਿਣੀਆਂ ਪੈਂਦੀਆਂ, ਚਾਰ ਸੁਣਨੀਆਂ ਵੀ ਪੈਂਦੀਆਂ। ਫਿਰ ਮੇਰੀ ਗੱਲ ਸੁਣ ਲੈ ਅੰਜਲੀ, ਇੱਕ ਗੱਲ ਤੈਨੂੰ ਹੋਰ ਕਹਿੰਦੀ ਆ, ਜਿੰਨੀ ਵਾਰ ਤੂੰ ਆਨੀ ਮੈਂ ਤੈਨੂੰ ਆਏ ਵਾਰੀ ਕਹਿੰਦੀ ਆ, ਇਸ ਵਾਰ ਫਿਰ ਕਹਿੰਦੀ ਆ, ਇਹਨੂੰ ਮਾੜਾ ਜਿਹਾ ਸਮਝਾ ਜਾ, ਆਹ ਆਪਣਾ ਹੁਲੀਆ ਇਹਨੂੰ ਕਿ ਠੀਕ ਕਰ ਲੈ, ਕੀ ਬਣਿਆ ਫਿਰਦਾ ਰਹਿੰਦਾ ਸਾਰਾ ਦਿਨ ਹੀ। ਮੈਂ ਹੁਣ ਪੁੱਤ ਖੇਤੋਂ ਆਇਆ ਤੇ ਹੁਣ ਖੇਤ ਦੇ ਵਿੱਚ ਮੈਂ ਚਿੱਟੇ ਕੱਪੜੇ ਪਾ ਕੇ ਜਾਊਂਗਾ, ਫਿਰ ਕੰਮ ਕਿਵੇਂ ਕਰੂੰ, ਕੌਣ ਵੜੂ ਪਾਣੀ 'ਚ, ਹੁਣ ਪਾਣੀ ਦੇ ਵਿਚਾਲੇ ਖੜਾ ਸੀ ਮੈਂ ਕੈਰੇ ਦੇ। ਮੇਰੀ ਗੱਲ ਸੁਣ ਲੈ, ਤਾਂ ਹੀ ਤੇਰੀ ਭੈਣ ਇੰਨੀ ਕੋਈ ਇੱਜ਼ਤ ਕਰਦੀ ਹੈਗੀ, ਉਹ ਲੀਡਰ ਹੈ ਉੱਧਰ ਤੁਰੀ ਫਿਰਦੀ ਹੈਗੀ, ਤੈਨੂੰ ਨੌਕਰ ਸਮਝਦੀ ਹੈ ਤਾਂ ਹੀ ਨਹੀਂ ਆਉਂਦੀ ਤੇਰੇ ਘਰੇ, ਮੈਨੂੰ ਕੀ ਲੈਣਾ, ਮੇਰਾ ਤਾਂ ਕਹਿਣਾ ਫਰਜ਼ ਸੀ, ਕਹਿਤਾ। ਨਹੀਂ ਭਾਬੀ, ਇਹ ਜੀ ਕੋਈ ਗੱਲ ਨਹੀਂ ਹੈਗੀ, ਤੁਸੀਂ ਮੈਂ ਚਾਹ ਲਿਓ ਨਿਮ ਲਾ ਕੇ ਕਰ ਲਓ ਗੱਲਾਂ। ਬਣਾ ਲਿਆ? ਸੱਚੀ ਵੀਰੇ, ਮੇਰੇ ਮਨ 'ਚ ਇਹ ਜੀ ਕੋਈ ਗੱਲ ਨਹੀਂ ਹੈਗੀ, ਮੈਂ ਤਾਂ ਮਾਂ ਕਰਕੇ ਉੱਧਰ ਪਹਿਲਾਂ ਵਗ ਜਾਂਦੀ ਹਾਂ। ਓਏ ਮੈਨੂੰ ਪਤਾ, ਇਹ ਤਾਂ ਮੇਰੇ ਸਾਲੇ ਦੀ ਕੁੱਤੀ ਆ, ਉਈ ਭੌਂਕਦੀ ਨਹੀਂ ਦੀ ਆ ਸਾਰਾ ਦਿਨ, ਇਹਦੀ ਆਦਤ ਹੈ, ਆਦਤ ਪੈ ਗਈ ਇਹਨੂੰ ਜੂਤ ਖਾਣ ਦੀ। ਨਾਲੇ ਮੇਰੀ ਗੱਲ ਸੁਣ। ਹਾਂਜੀ ਵੀਰੇ। ਕੀ ਖੜਜਾ, ਤੂੰ ਚੁੱਪ ਕਰ, ਰੌਲਾ ਨਾ ਪਾ। ਇਹ ਕੀ ਆ? ਉਹ ਫੜ ਲੈ, ਕੁਛ ਨਹੀਂ ਹੈਗਾ। ਪਰ ਇਹ ਪੈਸੇ ਇਹ ਕਾਹਦੇ ਵਾਸਤੇ? ਤੂੰ ਉਸ ਚੀਜ਼ ਵਾਸਤੇ ਲੈ ਲਈ, ਸੂਟ ਤੈਨੂੰ ਤੇਰੀ ਭਾਬੀ ਦਵਾ ਲਊਗੀ। ਹੋਰ ਓਹੋ ਵੀਰੇ, ਸੂਟ ਐਡੀ ਕਿੱਡੀ ਕੁ ਗੱਲ ਸੀਗੀ, ਆ ਫੜੋ ਤੁਸੀਂ ਪੈਸੇ। ਨਹੀਂ ਨਾ, ਮੈਂ ਨਹੀਂ, ਤੂੰ ਰੱਖ ਲੈ, ਤੂੰ ਰੌਲਾ ਨਾ ਪਾ, ਉਹਨੂੰ ਪਤਾ ਲੱਗ ਗਿਆ ਡੈਨ ਨੂੰ ਲੜਪੂ ਮੇਰੇ ਨਾਲ, ਇਹ 'ਚ ਪਾ ਲਾ। ਪਰ ਵੀਰੇ ਮੈਂ ਇਹ ਪੁੱਛਦੀ ਸੀ ਅੰਜਲੀ, ਹਾਂ ਵੀ ਉਹ ਕੀ ਨਾਂ ਲੈਂਦੇ ਨੇ, ਰਹੇਗੀ? ਹਾਂ ਭਾਬੀ, ਸ਼ਾਇਦ ਰਹਿ ਪਈਏ, ਪਰ ਹਰਜੀਤ ਕਹਿੰਦੇ ਸੀ ਉੱਧਰ ਕੰਮ ਆਗਾ ਵੀ ਜਾਣਾ ਪਊਗਾ, ਬਾਕੀ ਦੇਖਦੇ ਹਾਂ।
ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਦੇਖ ਜੇ ਤਾਂ ਰਹੇਂਗੀ ਤਾਂ 10 ਦਿਨ ਠੀਕ ਹੈ ਭਾਈ, ਜੇ ਤੂੰ ਜਾਣਾ ਹੋਇਆ ਫਿਰ ਤੇਰੀ ਮਰਜ਼ੀ ਹੈਗੀ। ਦੇਖ ਸਾਡੀ ਤਾਂ ਹਜੇ ਕਣਕ ਵੱਢੀ ਨਹੀਂ ਗਈ, ਜਦੋਂ ਅਸੀਂ ਸਿੱਟ ਕੇ ਆਵਾਂਗੇ ਫਿਰ ਤੈਨੂੰ ਕੱਪੜਾ ਲੀੜਾ ਲਿਆ ਦਾਂਗੇ, ਨਾਲੇ ਅਸੀਂ ਤੈਨੂੰ ਮਿਲ ਆਵਾਂਗੇ, ਠੀਕ ਹੈ? ਹੁਣ ਤਾਂ ਫਿਰ ਮੈਂ ਸੂਟ ਲਿਆਂਦਾ ਨਹੀਂ ਸੀ ਤੇਰਾ। ਕੋਈ ਨਹੀਂ ਭਾਬੀ, ਮੈਂ ਕਿਹੜਾ ਸੂਟ ਲੈਣ ਆਉਂਦੀ ਹਾਂ, ਕੋਈ ਚੱਕਰ ਨਹੀਂ। ਤੂੰ ਕਿਹੋ ਜਿਹੀਆਂ ਗੱਲਾਂ ਕਰਦੀਆਂ, ਕਣਕ ਦਾ ਕੀ ਹੈ? ਮੇਰੀ ਗੱਲ ਸੁਣ ਲਾ ਬੰਦਿਆਂ ਵਾਂਗੂ, ਉੱਥੇ ਦੁਕਾਨ ਤੇ ਵਗ ਜੀ ਰਾਮ ਲਾਲ ਨੂੰ ਕਹਿ ਦੀ ਕਿ ਭਾਈ ਬਹੀ ਦੇ ਵਿੱਚ ਲਿਖ ਲੈ ਆਂਡੇ ਜੇ ਨਾ ਕੱਢ ਮੈਂ ਮੁੱਕੀ ਮਾਰੂੰ ਚੰਗਾ ਜੀ ਮੈਂ ਤੂੰ ਕਹੇਗਾ ਮੈਂ ਠੀਕ ਹੈ ਚੰਗਾ ਲਿਆ ਦਾਂਗੇ ਫਿਰ ਕੋਈ ਨਹੀਂ ਭਾਬੀ ਮੈਂ ਦੁੱਧ ਪਾਇਆ ਵਾਂ ਚਾਹ ਚ ਪਾਇਆ ਕਾਹਨੂੰ ਤੁਸੀਂ ਭਾਬੀ ਨਾਲ ਲੜਦੇ ਹੋ ਤੁਹਾਨੂੰ ਪਤਾ ਤਾਂ ਹੈ ਭਾਬੀ ਦੇ ਸੁਭਾਅ ਦਾ ਉਹ ਭਾਈ ਕੀ ਗਿੱਠ ਕੱਪੜੇ ਪਿੱਛੇ ਤ
ਲੈ ਛੇਤੀ ਛੇਤੀ ਪਾਇਆ ਮੈਂ। ਯਾਰ ਮੈਨੂੰ ਸਰਪੰਚ ਦੀ ਸਮਝ ਨਹੀਂ ਆਉਂਦੀ ਵੀ ਇਹ ਕਰੀ ਕੀ ਜਾਂਦਾ। ਆਪਦੇ ਜਿਹੜੀ ਢੇਰੀ 'ਚੋਂ ਪੀਪਾ ਭਰਦਾ, ਆਪਦੇ ਭਰਾ ਵਾਲੀ ਕਣਕ 'ਤੇ ਅਲਟਾ ਆਉਂਦਾ ਲਿਆ ਕੇ। ਉਹ ਇਹਨੂੰ ਹੋਇਆ ਕੀ ਹੈ? ਪਰ ਸਰਪੰਚ ਆ, ਉਹ ਗੱਲ ਸੁਣ ਮੇਰੀ ਉਰੇ ਆ ਕੇ। ਹਾਂ ਚਾਚਾ, ਕੀ ਕਹਿੰਦਾ ਸੀ? ਉਹ ਛੇਰਾ, ਮੈਂ ਤੈਨੂੰ ਕਿਹੜੇ ਵੇਲੇ ਦਾ ਦੇਖੀ ਜਾਂਦਾ, ਤੂੰ ਆਪਦੀ ਢੇਰੀ 'ਚੋਂ ਪੀਪਾ ਭਰਦਾ, ਆਪਦੇ ਭਰਾ ਵਾਲੀ ਢੇਰੀ 'ਤੇ ਅਲਟਾ ਦੇਣਾ ਲਿਆ ਕੇ। ਉਹ ਭਾਈ ਤੂੰ ਕਰੀ ਕੀ ਜਾਂਦਾ? ਚਾਚਾ, ਇਹ ਢੇਰ ਮੇਰੇ ਵੱਡੇ ਭਾਈ ਕਰਮੇ ਦਾ ਹੈਗਾ। ਇੱਕ ਤਾਂ ਉਹ ਛੋਟਾ ਹੁੰਦਾ ਪੜ੍ਹ ਲਿਖ ਨਹੀਂ ਸਕਿਆ, ਉਹਨੂੰ ਨੌਕਰੀ ਨਹੀਂ ਮਿਲੀ, ਇੱਕ ਉਹਦੀ ਫਸਲ ਇਸ ਵਾਰੀ ਕਮਜ਼ੋਰ ਰਹੇਗੀ। ਮੈਂ ਸੋਚਦਾ ਸੀ ਚਾਚਾ ਉਹਦੀ ਮੈਂ ਕਿਸੇ ਨਾ ਕਿਸੇ ਹਿਸਾਬ ਨਾਲ ਮਦਦ ਕਰਦਿਆਂ, ਅਤੇ ਤੈਨੂੰ ਪਤਾ ਮੇਰੇ ਕੋਲ ਕੋਈ ਹੋਰ ਜ਼ਰੀਆ ਹੈ ਨਹੀਂ ਸੀ। ਮੈਂ ਸੋਚਿਆ ਵੀ ਮੈਂ ਇਸੇ ਤਰੀਕੇ ਨਾਲ ਕਰ ਦਿੰਦਾ। ਤੈਨੂੰ ਪਤਾ ਚਾਚਾ, ਜੇ ਉਹਨੂੰ ਕਿਸੇ ਦੇ ਅੱਗੇ ਹੱਥ ਹੀ ਅੱਡਣਾ ਪੈ ਗਿਆ ਫਿਰ ਮੇਰੀ ਸਰਪੰਚੀ ਦਾ ਕੀ ਫਾਇਦਾ? ਚਾਚਾ, ਉਹਦੇ ਨਾਲੋਂ ਪਹਿਲਾਂ ਬੇਇੱਜ਼ਤੀ ਤਾਂ ਮੇਰੀ ਹੋ ਜੂਗੀ। ਅੱਛਾ ਬਸ ਸ਼ੇਰਾ ਤੇਰੇ, ਭਾਈ ਅੱਜ ਕੱਲ੍ਹ ਦੇ ਟਾਈਮ 'ਚ ਵੀ ਇਹੋ ਜਿਹੇ ਭਰਾ ਪਏ ਨੇ। ਚੱਲ ਸ਼ੇਰਾ, ਕਰ ਲੈ ਕੰਮ ਭਾਈ ਆਪਦਾ। ਚੰਗਾ ਚਾਚਾ। ਲਾਤਾ ਚਾਰ ਬਸ ਲਾਈ ਜਾਂਦੇ, ਥੋੜ੍ਹੀ ਜਿਹੀ ਰਹਿ ਗਈ। ਚੱਲ ਐਂ ਕਰ, ਤੂੰ ਭੱਜ ਕੇ ਰੋਟੀ ਖਾਇਆ, ਮੈਂ ਹੈਗਾ ਇਹਨਾਂ ਕੋਲ, ਮੈਂ ਰੱਖਦਾ ਨੇਗਾ। ਚੱਲ ਤੂੰ ਖਾਇਆ? ਹਾਂ ਮੈਂ ਤਾਂ ਖਾਇਆ ਆ। ਚੱਲ ਠੀਕ ਹੈ, ਚੰਗਾ ਫਿਰ। ਚੰਗਾ ਖਾਇਆ, ਤੂੰ ਭੱਜ ਕੇ, ਮੈਂ ਖੜਾ। ਚੰਗਾ ਚੰਗਾ, ਬਸ ਮਾਰ ਕੇ ਪਾ ਦੇ ਵਿੱਚ। ਲੈ ਇਹ ਹੁਣ ਪੁੱਠੀ ਲਿਜਾਣ ਲੱਗ ਗਿਆ। ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ, ਇਹ ਦੋਨੇ ਭਾਈ ਕਰੀ ਕੀ ਜਾਂਦੇ ਨੇ? ਫੇਰ ਆ ਗਿਆ ਉਹ ਕਰਮੇ। ਓ ਰਿਹਾ ਸ਼ੇਰਾ, ਮੇਰੀ ਗੱਲ ਸੁਣ। ਹਾਂ ਚਾਚਾ। ਬਹਿ ਜਾ। ਬਹਿ ਗਿਆ। ਹਾਂ ਉਹ ਸ਼ੇਰਾ, ਮੈਂ ਤੈਨੂੰ ਕਦੋਂ ਦਾ ਦੇਖੀ ਜਾਂਦਾ, ਤੂੰ ਆਪਦੇ ਵਾਲੇ ਢੇਰ 'ਚੋਂ ਭਰਦਾ ਪੀਪਾ, ਭਾਈ ਆਪਦੇ ਵਾਲੇ ਭਾਈ ਦੇ ਢੇਰ 'ਤੇ ਪਾਇਆ ਉਹਨੇ। ਉਹ ਚਾਚਾ, ਤੈਨੂੰ ਪਤਾ ਨਾ ਮੇਰਾ ਭਾਈ ਪਿੰਡ ਦਾ ਸਰਪੰਚ ਆ, ਓਏ ਉਹਨਾਂ ਦੇ ਘਰ ਬੰਦਿਆਂ ਦੀ ਆਉਣੀ ਜਾਣੀ ਹੈਗੀ ਆ ਬਾਹਲੀ। ਉਹ ਮੈਨੂੰ ਆਏ ਆ ਵੀ ਕੋਈ ਉਹਨਾਂ ਦੇ ਘਰੋਂ ਭੁੱਖਾ ਨਾ ਜਾਵੇ। ਜੇ ਸਾਡੇ ਵਾਲੇ ਸਰਪੰਚ ਦੀ ਬੇਇੱਜ਼ਤੀ ਹੋ ਗਈ, ਉਹ ਫਿਰ ਮੈਂ ਗਲ ਕੇ ਕੱਢ ਕੇ ਕਿਵੇਂ ਤੁਰੂੰਗਾ? ਮੈਂ ਵੀ ਤਾਂ ਅਕਸਰ ਨੂੰ ਵੱਡਾ ਭਾਈ ਹਾਂ ਉਹਦਾ, ਉਹਦੇ ਨਾਲੋਂ ਪਹਿਲਾਂ ਬੇਇੱਜ਼ਤੀ ਚਾਚਾ ਮੇਰੀ ਹੋਜੂ। ਮੇਰਾ ਕੀ ਆ, ਮੇਰਾ ਟਾਈਮ ਟੱਪਾ ਆ,
ਹੋ ਹੀ ਜਾਣਾ ਚਾਚਾ, ਚਾਹੇ ਔਖਾ ਹੋ ਜਾਵੇ ਚਾਹੇ ਸੁਖਾਲਾ ਹੋ ਜਾਵੇ, ਤਾਂ ਕਰਕੇ ਆ। ਉਹ ਚੱਲ ਸਾਬਾਸ਼ੀ ਸਿਰਾ, ਕਰ ਲੈ ਭਈਆ ਉਹਦਾ ਕੰਮ। ਚੰਗਾ ਚਾਚਾ। ਉਹ ਸ਼ੁਕਰ ਹੈ ਰੱਬਾ, ਅੱਜ ਕੱਲ੍ਹ ਦੇ ਕਲ ਯੁੱਗ ਦੇ ਵਿੱਚ ਵੀ ਇੱਕ ਦੂਜੇ ਨੂੰ ਇੰਨਾ ਪਿਆਰ ਕਰਨ ਵਾਲੇ ਭਰਾ ਵੀ ਹੈਗੇ ਨੇ। ਉਹ ਧੰਨ ਹੋ ਭਾਈ ਤੁਸੀਂ, ਤੁਹਾਡੇ ਵਰਗਿਆਂ ਕਰਕੇ ਤਾਂ ਇਹ ਦੁਨੀਆ ਟਿੱਕੀ ਹੋਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਰਾਹੀਂ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀਆਂ ਭੈਣਾਂ ਅੱਗੇ ਮੇਰੀ ਇਹ ਬੇਨਤੀ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਦੇ ਕਰਕੇ ਆਪਾਂ ਘਰਾਂ ਦੇ ਵਿੱਚ ਕਲੇਸ਼ ਪਾ ਲੈਂਦੇ ਹਾਂ ਅਤੇ ਭਰਾਵਾਂ ਭਰਾਵਾਂ ਨੂੰ ਅੱਡ ਕਰਾ ਦਿੰਦੇ ਹਾਂ। ਜਿੱਥੇ ਭਰਾਵਾਂ ਦਾ ਇੱਕ ਆ ਉੱਥੇ ਕੋਈ ਨਹੀਂ ਖੜਦਾ। ਮੇਰੀ ਤਾਂ ਇਹੀ ਬੇਨਤੀ ਹੈ ਸਾਰੀਆਂ ਭੈਣਾਂ ਨੂੰ ਵੀ ਭਰਾਵਾਂ ਭਰਾਵਾਂ ਦੀ ਬਣੀ ਰਹਿਣ ਦਿਆ ਕਰੋ। ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।